ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਰ ਜਿੱਤ ਦੁਆਰੇ ਉਬਰੈ ਤਿਤ ਲਿਹੁ ਉਬਾਰੂ ਸਤਗੁਰ ਸੁਖ ਵੇਖ ਲਿਆ ਸਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਜਈ ਹਰ ਬਿਨ ਬਖਸ਼ਣ ਹਾਰ ਪਰਮ ਸਨਮਾਨ ਯੋਗ ਸਾਹਿਬ ਸਤਿਗੁਰੂ ਸਾਹਿਬ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਦ ਯੋਗ ਹੋ ਜੋ ਕੇ ਸਹਿਬਾਂ ਦੀ ਹਜ਼ੂਰੀ ਅੰਦਰ ਬੈਠ ਕਰਕੇ ਜੀਵਨ ਦੇ ਕੁਝ ਕੁ ਪਲਾਂ ਨੂੰ ਸਮੇਂ ਨੂੰ ਸਫਲਾ ਕਰਨ ਦਾ ਇੱਕ ਯਤਨ ਉਪਰਾਲਾ ਕਰਦੇ ਪਏ ਹੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਅਤਿਵ ਸਤਿਕਾਰ ਦੇ ਨਾਲ ਰਬੀ ਬਾਣੀ ਅਸਾਂ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਸੋ ਆਓ ਜਿਸ ਤਰ੍ਹਾਂ ਆਪਾਂ ਨੇ ਪਿਛਲੇ ਐਤਵਾਰ ਤੋਂ ਅਨੰਦ ਸਾਹਿਬ ਦੀ ਕਥਾ ਸ਼ੁਰੂ ਕੀਤੀ ਹੈ ਅਨੰਦ ਸਾਹਿਬ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦੂਸਰੀ ਪੌੜੀ ਦੀ ਵਿਚਾਰ ਕਰਨੀ ਹੈ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਬਖਸ਼ੋ ਅਸੀਸ ਪਾਓ ਗੁਰ ਫਤੇ ਨਾਲ ਸਾਜ ਪਿਆਰੇ ਦਿਨਾਂ ਲਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਦੀ ਅਰੰਭ ਤਤ ਪਹਿਲਾਂ ਦੂਸਰੀ ਪੌੜੀ ਦਾ ਜਿਹੜਾ ਪਾਠ ਹੈ ਉਹਦੇ ਨਾਲ ਆਪਾਂ ਸਾਰਿਆਂ ਨੇ ਜੁੜਨਾ ਹੈ ਸਾਰੀ ਸੰਗਤ ਨੇ ਪਿੱਛੇ ਬੋਲਣਾ ਹੈ ਸਤਨਾਮ ਧਨ ਵਾਹਿਗੁਰੂ ਸਾਹਿਬ ਜੀਓ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਵਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀਂ ਕਹ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਮਨੁੱਖ ਦੇ ਕੋਲ ਤਿੰਨ ਚੀਜ਼ਾਂ ਨੇ ਇੱਕ ਹੈ ਮਨ ਇੱਕ ਹੈ ਤਨ ਤੇ ਇੱਕ ਹੈ ਆਤਮਾ ਸਾਡੇ ਤਨ ਦੀ ਸੰਭਾਲ ਵਾਸਤੇ ਦੁਨੀਆ ਦੇ ਵਿੱਚ ਬੜਾ ਕੁਝ ਹੈ ਜਿੰਦੇ ਨਾਲ ਅਸੀਂ ਆਪਣੀ ਬਾਡੀ ਦੀ ਕੇਅਰ ਕਰ ਸਕਦੇ ਹਾਂ ਹਸਪੀਟਲ ਨੇ ਜਿਮ ਨੇ ਪਾਰਕਾਂ ਨੇ ਜਿੱਥੇ ਜਾ ਕਰਕੇ ਬੰਦਾ ਸੈਰ ਕਰ ਸਕਦਾ ਹੈ ਐਕਸਰਸਾਈਜ਼ ਕਰ ਸਕਦਾ ਹੈ ਜਿਮ ਦੇ ਵਿੱਚ ਵਰਜਿਸ਼ ਕਰ ਸਕਦਾ ਹੈ ਜੇ ਬੰਦੇ ਦਾ ਸਰੀਰ ਢਿੱਲਾ ਮੱਠਾ ਹੋ ਗਿਆ ਹਸਪੀਟਲ ਨੇ ਡਿਸਪੈਂਸਰੀ ਹੈ ਬੜਾ ਕੁਝ ਹੈ ਜਿੱਥੇ ਮਨੁੱਖ ਦੇ ਤਨ ਦੀ ਸੰਭਾਲ ਕੀਤੀ ਜਾਂਦੀ ਹੈ ਹੋ ਰਹੀ ਹੈ ਤੇ ਹੁੰਦੀ ਰਹੇਗੀ ਬੰਦੇ ਨੇ ਆਪਣੇ ਤਨ ਦੇ ਉੱਤੇ ਜਿਆਦਾ ਫੋਕਸ ਕੀਤਾ ਹੋਇਆ ਹੈ ਇਸੇ ਕਰਕੇ ਜੋ ਵੇਖਦੇ ਹਾਂ ਤਨ ਦੀ ਸੰਭਾਲ ਵਾਸਤੇ ਤਨ ਨੂੰ ਸਜਾਣ ਵਾਸਤੇ ਬੜੀਆਂ ਦੁਕਾਨਾਂ ਨੇ ਜਿੱਥੋਂ ਤਰ੍ਹਾਂ-ਤਰ੍ਹਾਂ ਦੇ ਕੱਪੜੇ ਮਿਲਦੇ ਨੇ ਪ੍ਰੋਡਕਟ ਮਿਲਦੇ ਨੇ ਖਾਣ ਪੀਣ ਦੀਆਂ ਦੁਕਾਨਾਂ ਬਹੁਤ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਵੇਚ ਕਰਕੇ ਵੇਚ ਕਰਕੇ ਇੱਕ ਗੱਲ ਸਿੱਧ ਹੁੰਦੀ ਹੈ ਵੀ ਇਨਸਾਨ ਆਪਣੇ ਸਰੀਰ ਦਾ ਤਨ ਦਾ ਬਾਡੀ ਦਾ ਬਹੁਤ ਖਿਆਲ ਰੱਖਦਾ ਹੈ ਕਈ ਬਹੁਤ ਇਸ ਮਸਲੇ ਦੇ ਵਿੱਚ ਕਹਿ ਸਕਦੇ ਹਾਂ ਵੀ ਬਹੁਤ ਹੀ ਐਕਟਿਵ ਹੁੰਦੇ ਨੇ ਖਾਣ ਦੇ ਵਿੱਚ ਵੀ ਸਰੀਰ ਦੇ ਵਿੱਚ ਕੁਝ ਗਲਤ ਨਹੀਂ ਪਾਉਣਾ ਪੀਣ ਦੇ ਵਿੱਚ ਕਹਨ ਤੂੰ ਪਾਪ ਕਹਨ ਤੂੰ ਮੁਰਾਦ ਵੀ ਮਨੁੱਖ ਦਾ ਜਿਹੜਾ ਬਹੁਤਾ ਧਿਆਨ ਗਿਆ ਉੱਤਨ ਉਤੇ ਗਿਆ ਪ੍ਰਬੰਧੇ ਨੇ ਮਨ ਦੀ ਸੰਭਾਲ ਵਾਸਤੇ ਮਨ ਦੀ ਕੇਅਰ ਵਾਸਤੇ ਮਨ ਦੀ ਵਰਜਿਸ਼ ਵਾਸਤੇ ਇਹਨਾਂ ਐਫਰਟ ਨਹੀਂ ਕੀਤਾ ਜਿਨ੍ਹਾਂ ਇਹ ਤਨ ਵਾਸਤੇ ਕਰਦਾ ਹੈ ਜਦੋਂ ਮਨ ਦੀ ਗੱਲ ਆਉਂਦੀ ਹੈ ਮਨ ਦੀ ਸੰਭਾਲ ਵਾਸਤੇ ਹੈ ਧਰਮ ਮਨ ਦੀ ਸੰਭਾਲ ਵਾਸਤੇ ਹੈ ਸਪਿਰਚੁਅਲਿਟੀ ਮਨ ਦੀ ਸੰਭਾਲ ਵਾਸਤੇ ਹੈ ਧਾਰਮਿਕ ਸਥਾਨ ਗੁਰਦੁਆਰੇ ਇੱਥੇ ਆਕਰ ਕੇ ਮਨੁੱਖ ਦੇ ਮਨ ਦੀ ਕੇਅਰ ਹੁੰਦੀ ਹੈ ਇੱਥੇ ਦੱਸਿਆ ਜਾਂਦਾ ਵੀ ਮਨ ਦੀ ਐਕਸਰਸਾਈਜ਼ ਕਿਵੇਂ ਕਰਨੀ ਹੈ ਮਨ ਨੂੰ ਬਲਵਾਨ ਕਿਦਾਂ ਬਣਾਉਣਾ ਮਨ ਨੂੰ ਸਟਰੋਂਗ ਕਿਵੇਂ ਰੱਖਣਾ ਹੈ ਉਹ ਗੁਰੂ ਸਾਨੂੰ ਦੱਸਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਆਦਾ ਮਨ ਉਤੇ ਫੋਕਸ ਕਰਦੀ ਹੈ ਤਨ ਦੀਆਂ ਗੱਲਾਂ ਵੀ ਸਹਿਬ ਨੇ ਕੀਤੀਆਂ ਨੇ ਪਰ ਤਨ ਤੋਂ ਜ਼ਿਆਦਾ ਸਹਿਬ ਨੇ ਮਨ ਦੀ ਗੱਲ ਕੀਤੀ ਵੀ ਮਨ ਨੂੰ ਤੂੰ ਕਿੱਦਾਂ ਤੰਦਰੁਸਤ ਰੱਖਣਾ ਹੈ ਤੇਰਾ ਮਨ ਵੀਕ ਨਾ ਹੋਵੇ ਤੇਰਾ ਮਨ ਸਟਰੋਂਗ ਹੋਵੇ ਤੇਰਾ ਮਨ ਡੋਲੇ ਨਾ ਤੇਰਾ ਮਨ ਭਟਕੇ ਨਾ ਤੇਰਾ ਮਨ ਡਿਵਾਈਡ ਨਾ ਹੋਵੇ ਸਹਿਬ ਜੀ ਨੇ ਵਾਰ-ਵਾਰ ਗੁਰਬਾਣੀ ਦੇ ਵਿੱਚ ਬਹੁਤੀਆਂ ਥਾਵਾਂ ਦੇ ਉੱਤੇ ਮਨ ਦੇ ਨਾਲ ਗੱਲ ਕੀਤੀ ਹੈ ਇਹ ਜਿਹੜੀ ਦੂਸਰੀ ਪੌੜੀ ਹੈ ਸਹਿਬ ਨੇ ਇਹਦੇ ਵਿੱਚ ਮਨ ਨਾਲ ਗੱਲ ਕੀਤੀ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਆਪਾਂ ਵੇਖਦੇ ਹਾਂ ਵੀ ਜਿਹੜਾ ਬੰਦਾ ਖਰਾਬ ਹੋਏ ਪਰੇਸ਼ਾਨ ਕਰੇ ਟ੍ਰਬਲ ਮੇਕਰ ਹੋਏ ਉਹਨੂੰ ਬਹਿ ਕੇ ਸਮਝਾਇਆ ਜਾਂਦਾ ਉਹਦੇ ਨਾਲ ਗੱਲ ਕੀਤੀ ਜਾਂਦੀ ਘਰ ਦਾ ਜੀ ਜਿਹੜਾ ਖਰਾਬੀ ਕਰੇ ਚਾਰ ਬੰਦੇ ਬਹਿ ਕੇ ਉਹਨੂੰ ਸਮਝਾਉਂਦੇ ਨੇ ਸਮਝਾਇਆ ਉਹਨੂੰ ਜਾਂਦਾ ਹੈ ਜਿਹੜਾ ਖਰਾਬ ਹੈ ਜਿਹੜਾ ਟ੍ਰਬਲ ਮੇਕਰ ਹੈ ਜੋ ਪਰੇਸ਼ਾਨ ਕਰਦਾ ਪਿਆ ਹੈ ਗੁਰਬਾਣੀ ਦੇ ਵਿੱਚ ਸਹਿਬ ਨੇ ਮਨ ਨੂੰ ਵਾਰ-ਵਾਰ ਸਮਝਾਇਆ ਕਿਉਂ ਕਿਉਂਕਿ ਮਨ ਪਰੇਸ਼ਾਨ ਕਰਦਾ ਮਨ ਭਟਕਦਾ ਹੈ ਮਨ ਟ੍ਰਬਲ ਮੇਕਰ ਹੈ ਇਸ ਕਰਕੇ ਸਹਿਬ ਨੇ ਬੜੀਆਂ ਥਾਵਾਂ ਦੇ ਉੱਤੇ ਮਨ ਨਾਲ ਗੱਲ ਕੀਤੀ ਹੈ ਐ ਮਨਾ ਤੂੰ ਇੰਜ ਕਰ ਲੈ ਇਹ ਮਨ ਪਿਆਰੀਆ ਤੂੰ ਸਦਾ ਸੱਚ ਸਮਾਲੇ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਸਹਿਬ ਨੇ ਬਹੁਤ ਥਾਵਾਂ ਦੇ ਉੱਤੇ ਮਨ ਨੂੰ ਆਵਾਜ਼ ਮਾਰੀ ਹੈ ਮਨ ਦੇ ਨਾਲ ਗੱਲ ਕੀਤੀ ਹੈ ਵੇਖਦੇ ਹਾਂ ਵੀ ਹੋ ਸਕਦਾ ਹੈ ਦੂਸਰੇ ਨੂੰ ਸਮਝਾਉਣਾ ਸੋਖਾ ਹੈ ਬੱਚੇ ਨੂੰ ਸਮਝਾਉਣਾ ਸੌਖਾ ਹੈ ਆਪਣੇ ਤੋਂ ਹਮ ਉਮਰ ਨੂੰ ਸਮਝਾਉਣਾ ਸੌਖਾ ਦੁਨੀਆ ਦੇ ਵਿੱਚ ਜੇ ਕੋਈ ਔਖੀ ਚੀਜ਼ ਹੈ ਕਿਸੇ ਨੂੰ ਸਮਝਾਉਣਾ ਹੈ ਉਹ ਹੈ ਬੰਦੇ ਦਾ ਮਨ ਦੁਨੀਆ ਦੇ ਵਿੱਚ ਸਭ ਤੋਂ ਔਖਾ ਜੇ ਕੋਈ ਸਮਝਦਾ ਹੈ ਉਹ ਹੈ ਬੰਦੇ ਦਾ ਮਨ ਡੰਡੇ ਦੇ ਜ਼ੋਰ ਦੇ ਨਾਲ ਬੰਦਾ ਸਮਝ ਜਾਂਦਾ ਹੈ ਜੇ ਬੰਦਾ ਨਾ ਮੰਨੇ ਕਾਨੂੰਨ ਹੈ ਡੰਡਾ ਹੈ ਸਜ਼ਾ ਹੈ ਬੜੀਆਂ ਚੀਜ਼ਾਂ ਨੇ ਜਿੰਦੇ ਨਾਲ ਬੰਦਾ ਸਮਝ ਜਾਂਦਾ ਹੈ ਪਰ ਸਭ ਤੋਂ ਔਖਾ ਹੈ ਬੰਦੇ ਦੇ ਮਨ ਨੂੰ ਸਮਝਾਉਣਾ ਸਹਿਬ ਨੇ ਇਸ ਪੌੜੀ ਦੇ ਵਿੱਚ ਮਨ ਨੂੰ ਆਵਾਜ਼ ਮਾਰੀ ਮਨ ਨਾਲ ਗੱਲ ਕੀਤੀ ਇਹ ਮਨ ਮੇਰੀਆ ਤੂੰ ਸੱਚੇ ਪ੍ਰਮਾਤਮਾ ਦੇ ਨਾਲ ਜੁੜਿਆ ਰਹੁਂ ਵੇਖਦੇ ਹਾਂ ਜਦੋਂ ਬੰਦਾ ਕੋਈ ਗਲਤ ਕੰਮ ਕਰੇ ਉਦੋਂ ਮਨ ਨਹੀਂ ਪਟਕਦਾ ਆਮ ਕਰਕੇ ਆਪਾਂ ਕਿੰਨੇ ਵੀ ਆਪਾਂ ਗੁਰਦੁਆਰੇ ਆਏ ਮਨ ਪਟਕਦਾ ਹੈ ਬਾਣੀ ਪੜਦੇ ਹਾਂ ਮਨ ਪਟਕਦਾ ਸੇਵਾ ਕਰਦਾ ਕਰਦੇ ਹਾਂ ਮਨ ਪਟਕਦਾ ਹੈ ਕੀਰਤਨ ਸੁਣਦੇ ਪਈ ਸੀ ਮਨ ਪਟਕਦਾ ਹੈ ਕਥਾ ਸੁਣਦੇ ਪਈ ਸੀ ਮਨ ਪਟਕਦਾ ਹੈ ਚੰਗੇ ਕੰਮਾਂ ਦੇ ਵਿੱਚ ਬੰਦੇ ਦਾ ਮਨ ਬਹੁਤ ਭਟਕਦਾ ਹੈ ਪਰ ਮਾੜੇ ਕੰਮਾਂ ਦੇ ਵਿੱਚ ਮਾਨੀ ਭਟਕਦਾ ਤੁਸੀਂ ਨੇ ਵੇਖਿਆ ਹੋਵੇਗਾ ਇਸ ਗੱਲ ਨੂੰ ਐਕਸਪੀਰੀਅੰਸ ਕੀਤਾ ਹੋਵੇਗਾ ਵੀ ਜਦੋਂ ਬੰਦਾ ਕੋਈ ਮਾੜਾ ਕੰਮ ਕਰਦਾ ਪਿਆ ਹੈ ਮਾੜੇ ਕੰਮ ਦੇ ਵਿੱਚ ਬੰਦੇ ਦਾ ਮਨ ਨਹੀਂ ਪਟਕੇਗਾ ਜਾਂ ਦੁਨਿਆਵੀ ਕੰਮਾਂ ਦੇ ਵਿੱਚ ਫਿਲਮ ਦੇਖਦੇ ਹਾਂ ਮਨ ਬੜਾ ਜੁੜਿਆ ਪਿਆ ਹੈ ਆਪਾਂ ਕਿਸੇ ਨਾਲ ਗੱਲਾਂ ਕਰਦੇ ਪਏ ਹਾਂ ਮਨ ਬਹੁਤ ਜੁੜਿਆ ਹੈ ਨਿੰਦਿਆ ਹੋ ਰਹੀ ਹੈ ਸੁਣਦੇ ਪਏ ਹਾਂ ਮਨ ਬਹੁਤ ਜੁੜਿਆ ਹੈ ਮਨ ਪਟਕੇ ਗਾਣੇ ਉਦੋਂ ਬੰਦਾ ਬੜਾ ਅਟੈਂਟਿਵ ਹੋ ਜਾਂਦਾ ਹੈ ਮੇਰੇ ਵਰਗਾ ਦੂਸਰੇ ਦੇ ਅੱਗੇ ਕੰਨ ਖੜੇ ਕਰਕੇ ਗੱਲ ਸੁਣਦਾ ਵੀ ਇਹ ਗੱਲ ਦੱਸ ਉਦੋਂ ਸਾਡੇ ਕੰਨ ਖੜੇ ਹੋ ਜਾਂਦੇ ਨੇ ਅਸੀਂ ਬੜੇ ਧਿਆਨ ਦੇ ਨਾਲ ਗੱਲ ਸੁਣਦੇ ਆ ਇੱਥੇ ਕਈ ਕਈ ਦਫਾ ਕੀ ਹੁੰਦਾ ਵੀ ਕੁਝ ਬੰਦੇ ਗੱਲਾਂ ਕਰਨ ਲੱਗ ਪੈਂਦੇ ਨੇ ਤੇ ਕਈ ਦਫਾ ਬੇਨਤੀ ਕਰਨੀ ਪੈਂਦੀ ਵੀ ਚੁੱਪ ਦਾ ਦਾਣ ਬਖਸ਼ੋ ਗੱਲਬਾਤ ਨਹੀਂ ਕਰਨੀ ਪਰ ਜਦੋਂ ਬਾਰੀ ਤੋਰ ਦੇ ਉੱਤੇ ਨਿੰਦਿਆ ਹੋ ਰਹੀ ਹੈ ਤੇ ਬੰਦਾ ਸੁਣਦਾ ਪਿਆ ਹੈ ਦੂਸਰੇ ਨੂੰ ਕਹਿਣਾ ਨਹੀਂ ਪੈਂਦਾ ਵੀ ਚੁੱਪ ਦਾ ਦਾਣ ਬਖਸ਼ ਉਥੇ ਆਪਣੇ ਆਪ ਹੀ ਚੁੱਪ ਹੋ ਜਾਂਦਾ ਬਿਲਕੁਲ ਸ਼ਾਂਤ ਹੋ ਜਾਂਦਾ ਆਪਣੀ ਬਾਡੀ ਦਾ ਜਿਹੜਾ ਪੋਜ਼ ਹੈ ਉਹ ਬਿਲਕੁਲ ਸ਼ਾਂਤ ਕਰ ਲਏਗਾ ਅੱਖਾਂ ਦਾ ਅੱਖਾਂ ਨੂੰ ਬੰਦੇ ਵੱਲ ਵੇਖੇਗਾ ਕੰਨ ਇੱਕਦਮ ਖੜੇ ਨੇ ਮਾੜੇ ਕੰਮਾਂ ਦੇ ਵਿੱਚ ਮਨ ਨਹੀਂ ਪਟਕਦਾ ਪਰ ਚੰਗੇ ਕੰਮਾਂ ਦੇ ਵਿੱਚ ਮਨੁੱਖ ਦਾ ਮਨ ਪਟਕਦਾ ਇਹ ਇੱਕ ਮਨ ਦਾ ਸੁਭਾਅ ਹੈ ਇੰਦਾ ਅਰਥ ਇਹ ਵੀ ਮਨ ਵਿੱਚ ਖਰਾਬੀ ਹੈ ਖਰਾਬੀ ਹੈ ਜਿੱਥੇ ਮਨ ਨੂੰ ਸਹੀ ਵਰਕ ਕਰਨਾ ਚਾਹੀਦਾ ਉਥੇ ਕਰਦਾ ਨਹੀਂ ਪਿਆ ਤੇ ਜਿੱਥੇ ਸਹੀ ਵਰਕ ਨਹੀਂ ਕਰਨਾ ਚਾਹੀਦਾ ਉਥੇ ਕਰਦਾ ਪਿਆ ਉਦਾਹਰਨ ਦੇ ਤੌਰ ਦੇ ਉੱਤੇ ਪੱਖਾ ਵੇਖਦੇ ਹਾਂ ਵੀ ਸਿੱਧਾ ਘੁੰਮਦਾ ਹੈ ਤੇ ਉਹ ਜੇ ਪੁੱਠਾ ਘੁਮਣ ਲੱਗ ਪੇ ਇਹਦਾ ਮਤਲਬ ਵੀ ਖਰਾਬੀ ਹੈ ਕੋਈ ਚੀਜ਼ ਪੁੱਠੀ ਚੱਲਣ ਲੱਗ ਪੇ ਤੇ ਕਵਾਂਗੇ ਵੀ ਇਹਦੇ ਵਿੱਚ ਖਰਾਬੀ ਹੈ ਸੋਚੇ ਵੇਖਦੇ ਹਾਂ ਜੇ ਪੁੱਠਾ ਔਣ ਹੋਏ ਕਹਿਣਾ ਪਏਗਾ ਵੀ ਖਰਾਬੀ ਹੈ ਜਦੋਂ ਕਿਸੇ ਚੀਜ਼ ਵਿੱਚ ਖਰਾਬੀ ਹੋ ਜਾਏ ਉਹ ਚੀਜ਼ ਪੁੱਠਾ ਕੰਮ ਕਰਦੀ ਹੈ ਗਲਤ ਦਿਸ਼ਾ ਦੇ ਵੱਲ ਉਹ ਵਰਕ ਕਰੇਗੀ ਮਨ ਖਰਾਬ ਹੋ ਚੁੱਕਾ ਹੈ ਇਸ ਕਰਕੇ ਚੰਗੇ ਕੰਮਾਂ ਦੇ ਵਿੱਚ ਭਟਕ ਜਾਂਦਾ ਹੈ ਮਾੜੇ ਕੰਮਾਂ ਦੇ ਵਿੱਚ ਭਟਕਦਾ ਨਹੀਂ ਇਹਦਾ मीनिंग ਹੈ ਵੀ ਮਨ ਖਰਾਬ ਹੋ ਚੁੱਕਾ ਹੈ ਤੇ ਗੁਰੂ ਨੇ ਤਰੀਕਾ ਦੱਸਿਆ ਹੈ ਵੀ ਇਹ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਸਹਿਬ ਕਹਿੰਦੇ ਪਰਮੇਸ਼ਰ ਦੇ ਨਾਲ ਜੁੜਿਆ ਰਹੋ ਕਿਉਂ ਜੁੜਨਾ ਕਿਉਂਕਿ ਰੱਬ ਸਾਡਾ ਮੂਲ ਹੈ ਸਾਡੀ ਜੜ ਹੈ ਇਹ ਗੱਲ ਜਗਤ ਪ੍ਰਸਿੱਧ ਹੈ ਵੀ ਜਿਹੜੀ ਚੀਜ਼ ਆਪਣੇ ਮੂਲ ਤੋਂ ਟੁੱਟ ਜਾਂਦੀ ਹੈ ਉਹ ਖਵਾਰ ਹੁੰਦੀ ਹੈ ਪਰੇਸ਼ਾਨ ਹੁੰਦੀ ਹੈ ਉਹਦੀ ਹਸਤੀ ਐਗਜ਼ਿਸਟੈਂਸ ਖਤਮ ਹੋ ਜਾਂਦੀ ਹੈ ਆਪਾਂ ਕਹਿੰਨੇ ਵੀ ਆਪਣੀ ਮੂਲ ਭਾਸ਼ਾ ਨਾਲ ਜੁੜியே ਰਹੀਏ ਸਾਡੀ ਜਿਹੜੀ ਮਾਂ ਬੋਲੀ ਉਹ ਸਾਡੀ ਮਦਰ ਟੰਗ ਸਾਡੀ ਮੂਲ ਭਾਸ਼ਾ ਉਹਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਆਪਣੇ ਵਿਰਸੇ ਨੂੰ ਧਰਮ ਨੂੰ ਕਲਚਰ ਨੂੰ ਸਮਝਣਾ ਹੈ ਮਾਂ ਬੋਲੀ ਬਹੁਤ ਜ਼ਰੂਰੀ ਹੈ ਔਰ ਦੁਨੀਆ ਦੇ ਅੰਦਰ ਜੜੀਆਂ ਵੀ ਕੌਮਾਂ ਨੇ ਹਰੇਕ ਕੌਮ ਜ਼ੋਰ ਦੇਂਦੀ ਵੀ ਮੈਂ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਹੀਏ ਕਿਉਂਕਿ ਉਹ ਰੂਟ ਹੈ ਨੰਬਰ 2 ਤੇ ਮਨੁੱਖ ਦਾ ਜਿਹੜਾ ਰੂਟ ਮਾਂ ਪਿਓ ਹੈ ਮਾਂ ਪਿਓ ਤੋਂ ਦੁਨੀਆ ਦੇ ਵਿੱਚ ਆਇਆ ਹੈ ਤੇ ਮਰਦੇ ਦਮ ਤੱਕ ਮਾਂ ਪਿਓ ਨਾਲ ਜੁੜਿਆ ਰਹਿੰਦਾ ਹੈ ਜੇ ਮਾਂ ਪਿਓ ਚਲੇ ਵੀ ਗਏ ਉਹਨਾਂ ਦੇ ਨਾਂ ਦੇ ਉੱਤੇ ਪ੍ਰੋਗਰਾਮ ਕਰਵਾਏਗਾ ਪਾਠ ਰਖਾਏਗਾ ਅਰਦਾਸ ਕਰਾਏਗਾ ਮੇਰੀ ਮਾਂ ਦੀ ਅਰਦਾਸ ਕਰੋ ਪਿਤਾ ਦੀ ਅਰਦਾਸ ਕਰੋ ਕਿਉਂ ਕਿਉਂਕਿ ਉਹਨੂੰ ਪਤਾ ਵੀ ਮਾਂ ਪਿਓ ਮੇਰਾ ਮੂਲ ਸੀ ਇਹਦੇ ਨਾਲ ਮੈਂ ਜੁੜਨਾ ਹੈ ਤੇ ਬੰਦਾ ਜੁੜਿਆ ਰਹਿੰਦਾ ਤੇ ਜਿਹੜਾ ਬੰਦਾ ਜਿੰਦੇ ਦੀ ਮਾਂ ਬਾਪ ਨੂੰ ਭੁੱਲ ਜਾਏ ਉਹਨੂੰ ਆਪਾਂ ਚੰਗਾ ਨਹੀਂ ਸਮਝਦੇ ਵੀ ਇਹਨੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ ਇਹ ਮਾਂ ਪਿਓ ਤੋਂ ਟੁੱਟ ਗਿਆ ਆਪਣੇ ਮੂਲ ਤੋਂ ਟੁੱਟ ਗਿਆ ਜੇ ਦੀ ਵੀ ਚੀਜ਼ ਮੂਲ ਤੂੰ ਟੁੱਟੇਗੀ ਉਹਦੀ ਹਸਤੀ ਖਤਮ ਹੁੰਦੀ ਉਹਨੂੰ ਆਪਾਂ ਚੰਗਾ ਨਹੀਂ ਸਮਝਦੇ ਇਨਸਾਨ ਮਾਪਿਓ ਤੂੰ ਟੁੱਟ ਜਾਏ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਮਾਂ ਬੋਲੀ ਤੂੰ ਟੁੱਟ ਜਾਏ ਉਹਨੂੰ ਚੰਗੀਆਂ ਚੰਗਾ ਨਹੀਂ ਸਮਝਿਆ ਜਾਂਦਾ ਨੰਬਰ 3 ਤੇ ਆ ਗਿਆ ਆਪਣਾ ਵਿਰਸਾ ਬੰਦਾ ਆਪਣੇ ਵਿਰਸੇ ਨੂੰ ਭੁੱਲ ਜਾਏ ਕਲਚਰ ਨੂੰ ਭੁੱਲ ਜਾਏ ਉਹਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਇਹ ਚੀਜ਼ਾਂ ਸਾਡੀਆਂ ਰੂਟ ਨੇ ਜੜ ਹੈ ਦੁਨੀਆ ਦੇ ਵਿੱਚ ਜਿਹੜੀ ਵੀ ਚੀਜ਼ ਜੜ ਤੂੰ ਟੁੱਟੇਗੀ ਖਵਾਰ ਹੋਏਗੀ ਹਸਤੀ ਖਤਮ ਹੋ ਜਾਏਗੀ ਉਹਦੀ ਪਹਿਚਾਨ ਆਈਡੈਂਟੀਟੀ ਖਤਮ ਹੋ ਜਾਏਗੀ ਬੂਟਾ ਹੈ ਤੇ ਉਹਦਾ ਕਨੈਕਸ਼ਨ ਹੈ ਧਰਤੀ ਦੇ ਨਾਲ ਪਟ ਦਵਾਂਗੇ ਸੁੱਕ ਜਾਏਗਾ ਪੱਤਿਆਂ ਦੇ ਵਿੱਚ ਹਰਿਆਵਲ ਖਤਮ ਹੋ ਜਾਏਗੀ ਇਹ ਤਿੰਨ ਚਾਰ ਉਦਾਹਰਨਾਂ ਦਾਸ ਨੇ ਤਾਂ ਸਾਂਝੀਆਂ ਕੀਤੀਆਂ ਨੇ ਸਾਡੇ ਮਨ ਦਾ ਜਿਹੜਾ ਰੂਟ ਹੈ ਮਨ ਦੀ ਰੂਟ ਹੈ ਪਰਮਾਤਮਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿੰਨਾ ਚਿਰ ਤੱਕ ਮਨ ਜੁੜਿਆ ਹੈ ਮਨ ਹਰਿਆ ਭਰਿਆ ਮਨ ਖਿੜਿਆ ਹੈ ਤੇ ਜਦੋਂ ਮਨ ਟੁੱਟ ਗਿਆ ਦੁੱਖਾਂ ਦੇ ਵਿੱਚ ਮੁਰਝਾ ਜਾਵੇਗਾ ਪਰੇਸ਼ਾਨੀਆਂ ਦੇ ਵਿੱਚ ਸਮੱਸਿਆਵਾਂ ਦੇ ਵਿੱਚ ਮੁਰਝਾ ਜਾਵੇਗਾ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਇੱਥੇ ਸਦਾ ਸ਼ਬਦ ਵਰਤਿਆ ਹੈ ਸਦਾ ਦਾ मीनिंग ਹੁੰਦਾ ਹੈ ਹਮੇਸ਼ਾ ਆਪਾਂ ਕੁਝ ਚੀਜ਼ਾਂ ਦੇ ਨਾਲ ਜੁੜਦੇ ਹਾਂ ਟੈਂਪਰੇਰੀ ਕੁਝ ਚੀਜ਼ਾਂ ਨਾਲ ਜਿਸ ਤਰ੍ਹਾਂ ਅਸੀਂ ਪੜਦੇ ਸੀ ਸਾ ਟੀਚਰ ਦੇ ਨਾਲ ਸਾਡਾ ਕਨੈਕਸ਼ਨ ਜੁੜ ਗਿਆ ਕੁਝ ਸਮੇਂ ਵਾਸਤੇ ਕੁਝ ਸਾਲ ਅਸੀਂ ਜਿੱਥੇ ਕੰਮ ਕਰਦੇ ਸੀ ਸਾਡੇ ਕੁਲੀਗ ਬਣ ਕੇ ਕਨੈਕਸ਼ਨ ਜੁੜ ਗਿਆ ਕੁਝ ਸਮਾਂ ਕੁਝ ਸਾਲ ਬੌਸ ਦੇ ਨਾਲ ਦੁਨੀਆਵੀ ਤੌਰ ਤੇ ਆਪਾਂ ਕੁਝ ਕੁ ਚੀਜ਼ਾਂ ਨਾਲ ਕਨੈਕਟ ਹੋਨੇ ਆ ਪ੍ਰ ਟੈਂਪਰੇਰੀ ਹੋਨੇ ਆ ਹਮੇਸ਼ਾ ਵਾਸਤੇ ਨਹੀਂ ਹੁੰਦੇ ਇੱਥੇ ਸਹਿਬ ਨੇ ਸ਼ਬਦ ਵਰਤਿਆ ਸਦਾ ਸਦਾ ਦਾ ਮੀਨਿੰਗ ਆਲਵੇਸ ਹਮੇਸ਼ਾ ਸਹਿਬ ਕਹਿੰਦੇ ਹਮੇਸ਼ਾ ਜੁੜਿਆ ਰਹੋ ਟੈਂਪਰੇਰੀ ਨਹੀਂ ਜੁੜਨਾ ਫਿਰ ਕੀ ਹੋਏਗਾ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਜਦੋਂ ਤੂੰ ਵਾਹਿਗੁਰੂ ਨਾਲ ਜੁੜਿਆ ਰਹੇਗਾ ਵਾਹਿਗੁਰੂ ਤੇਰੇ ਦੁੱਖਾਂ ਨੂੰ ਦੂਰ ਕਰ ਦੇਗਾ ਪਰਮੇਸ਼ਰ ਜਿਹੜਾ ਹੈ ਉਹ ਤੇਰੇ ਦੁੱਖਾਂ ਨੂੰ ਦੂਰ ਕਰੇਗਾ ਵੇਖਦੇ ਹਾਂ ਵੀ ਹਨੇਰੀ ਚਖੜ ਜਦੋਂ ਆਉਂਦੇ ਨੇ ਉਹ ਕੁਝ ਸਮੇਂ ਵਾਸਤੇ ਆਉਂਦੇ ਨੇ ਤੂਫਾਨ ਆਇਆ ਕੁਝ ਸਮੇਂ ਵਾਸਤੇ ਆਇਆ ਪਰ ਆਪਣੇ ਨਿਸ਼ਾਨ ਛੱਡ ਗਿਆ ਤੂਫਾਨ ਆਇਆ ਘਰਾਂ ਨੂੰ ਤਬਾਹ ਕਰ ਗਿਆ ਰੁਖ ਪੁੱਟੇ ਗਏ ਉਹ ਆਇਆ ਕੁਝ ਸਮੇਂ ਵਾਸਤੇ ਸੀ ਪਰ ਜਿਹੜੀ ਉਹਨੇ ਤਬਾਹੀ ਮਚਾਈ ਉਹ ਬਹੁਤ ਉਹਦਾ ਜਿਹੜਾ ਅਸਰ ਦੂਰ ਤੱਕ ਰਿਹਾ ਕਈ ਮਹੀਨੇ ਕਈ ਸਾਲਾਂ ਤੱਕ ਰਿਹਾ ਆਪਾਂ ਵੇਖਦੇ ਹਾਂ ਕਿਤੇ ਪੁਚਾਲ ਆ ਗਿਆ ਆਪਾਂ ਵੇਖਦੇ ਹਾਂ ਧਰਤੀ ਹਿੱਲਦੀ ਏ ਕੁਝ ਸੈਕਿੰਡਾਂ ਵਾਸਤੇ ਤੇ ਕੁਝ ਸੈਕਿੰਡਾਂ ਵਾਸਤੇ ਧਰਤੀ ਹਿੱਲੀ ਪੁਚਾਲ ਆਇਆ ਉਹਨੇ ਤਬਾਹੀ ਮਚਾ ਦਿੱਤੀ ਬਿਲਡਿੰਗਾਂ ਡੇਕੀਆਂ ਲੋਕਾਂ ਦੀ ਮੌਤ ਹੋ ਗਈ ਉਹ ਆਇਆ ਕੁਝ ਸਮੇਂ ਵਾਸਤੇ ਪਰ ਉਹਨੇ ਆਪਣਾ ਅਸਰ ਬਹੁਤ ਲੰਮੀ ਧੀਰ ਤੱਕ ਛੱਡਿਆ ਤੂਫਾਨ ਝੱਖੜ ਹਨੇਰੀ ਉਚਾਲ ਇਹ ਚੀਜ਼ਾਂ ਕੁਝ ਟਾਈਮ ਦੇ ਵਾਸਤੇ ਕੁਝ ਮਿੰਟਾਂ ਵਾਸਤੇ ਕਹਿ ਸਕਦੇ ਆਉਂਦੀਆਂ ਨੇ ਪਰ ਇਹਨਾਂ ਦਾ ਅਸਰ ਬਹੁਤ ਡਾਡਾ ਹੁੰਦਾ ਹੈ ਬਹੁਤ ਦੂਰ ਤੱਕ ਹੁੰਦਾ ਇਸੇ ਹੀ ਤਰ੍ਹਾਂ ਜਿਹੜੇ ਦੁੱਖ ਆਉਂਦੇ ਨੇ ਜੀਵਨ ਦੇ ਵਿੱਚ ਉਹ ਕੁਝ ਸਮੇਂ ਵਾਸਤੇ ਹੁੰਦੇ ਨੇ ਹਮੇਸ਼ਾ ਵਾਸਤੇ ਨਹੀਂ ਹੁੰਦੇ ਪਰ ਉਹ ਨਿਸ਼ਾਨ ਬੜੇ ਡੂੰਘੇ ਛੱਡ ਜਾਂਦੇ ਨੇ ਉਦਾਹਰਨ ਦੇ ਤੌਰ ਤੇ ਸਾਡਾ ਕੋ ਪਿਆਰਾ ਚਲਾ ਗਿਆ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ। ਉਹ ਜਦੋਂ ਮੌਤ ਹੋਈ ਉਹਦੀ ਯਾਦ ਸਾਡੇ ਵਾਸਤੇ ਸਾਡੇ ਮਨ ਦੇ ਵਿੱਚ ਛੱਪ ਗਈ। ਹੁਣ ਸਾਨੂੰ ਉਹਦੀ ਯਾਦ ਆਉਂਦੀ ਹੈ ਵੀ ਸਾਡਾ ਉਹ ਪਿਆਰਾ ਚਲਾ ਗਿਆ। ਕਿਸੇ ਦਾ ਐਕਸੀਡੈਂਟ ਹੋਇਆ ਉਹਨੂੰ ਉਹ ਜਿਹੜਾ ਦੁੱਖ ਲੱਗਾ ਕੁਝ ਸਮੇਂ ਵਾਸਤੇ ਲੱਗਾ। ਪਰ ਬੜਾ ਭਿਆਨਕ ਐਕਸੀਡੈਂਟ ਸੀ ਉਹਦਾ ਅਸਰ ਅਜੇ ਤੱਕ ਵੀ ਬੰਦੇ ਦੇ ਮਨ ਤੇ ਬੰਦਾ ਕਹਿੰਦਾ ਵੀ ਕੁਝ ਸਾਲ ਪਹਿਲਾਂ ਜਦੋਂ ਐਕਸੀਡੈਂਟ ਹੋਇਆ ਸੀ ਮੇਰਾ ਇਹ ਨੁਕਸਾਨ ਹੋ ਗਿਆ। ਦੁੱਖ ਹੌਂਦਾ ਕੁਝ ਸਮੇਂ ਵਾਸਤੇ ਪਰ ਆਪਣੇ ਨਿਸ਼ਾਨ ਬਹੁਤ ਡੂੰਘੇ ਛੱਡ ਕੇ ਜਾਂਦਾ ਹੈ ਬੰਦਾ ਫਿਰ ਉਹਨਾਂ ਨੂੰ ਛੱਡਦਾ ਨਹੀਂ ਹੈਗਾ ਸਾਹਿਬ ਨੇ ਕਿਹਾ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਾਹਿਬ ਕਹਿੰਦੇ ਨੇ ਜਦੋਂ ਪਰਮੇਸ਼ਰ ਨਾਲ ਜੁੜਿਆ ਰਹੇਗਾ ਤੇਰੀ ਯਾਦ ਸ਼ਕਤੀ ਘਟੇਗੀ ਯਾਦ ਸ਼ਕਤੀ ਤੂੰ ਭਾਵ ਮੈਮਰੀ ਨਹੀਂ ਸਾਡਾ ਮਨ ਯਾਦਾਂ ਨਾਲ ਭਰਿਆ ਹੈ ਚੰਗੀਆਂ ਤੇ ਮਾੜੀਆਂ ਯਾਦਾਂ ਨਾਲ ਉਹ ਜਿਹੜੀਆਂ ਮਾੜੀਆਂ ਯਾਦਾਂ ਨੇ ਉਹ ਸਾਨੂੰ ਦੁਖੀ ਕਰਦੀਆਂ ਨੇ ਪਾਸਟ ਵਿੱਚ ਜੋ ਕੁਝ ਸਾਡੇ ਨਾਲ ਮਾੜਾ ਹੋਇਆ ਕਿਸੇ ਨੇ ਸਾਡੀ ਲੜਾਈ ਹੋਈ ਸੀ ਕਿਸੇ ਨੇ ਸਾਨੂੰ ਰੁੱਖਾ ਬੋਲਿਆ ਸੀ ਕਿਸੇ ਨੇ ਸਾਨੂੰ ਮੰਦਾ ਬੋਲਿਆ ਸੀ ਪਾਸਟ ਵਿੱਚ ਜੋ ਕੁਝ ਵਾਪਰਿਆ ਉਹ ਸਾਡੇ ਮਨ ਦੇ ਵਿੱਚ ਫੀਡ ਹੋ ਗਿਆ ਉਹ ਯਾਦ ਬੱਜ ਗਈ ਉਹ ਯਾਦਾਂ ਬਹੁਤ ਨੇ ਉਹ ਯਾਦਾਂ ਸਾਨੂੰ ਸਤਾਉਂਦੀਆਂ ਨੇ ਉਹ ਯਾ ਇਹਨੂੰ ਕਹਿੰਦੇ ਆਂ ਵੀ ਆਪਾਂ ਯਾਦ ਔਰ ਉਹ ਯਾਦ ਕਰਕੇ ਬੰਦਾ ਪਰੇਸ਼ਾਨ ਹੁੰਦਾ ਹੈ ਖੁਆਰ ਹੁੰਦਾ ਹੈ ਤੇ ਜਦੋਂ ਬੰਦਾ ਰੱਬ ਦੇ ਨਾਲ ਜੁੜਦਾ ਹੈ ਉਹ ਪੁਰਾਣੀਆਂ ਜਿਹੜੀਆਂ ਯਾਦਾਂ ਨੇ ਘਟ ਜਾਂਦੀਆਂ ਨੇ ਹੁਣ ਜੇ ਯਾਦਾਂ ਹੀ ਨਹੀਂ ਹੈਗੀਆਂ ਪੁਰਾਣੀਆਂ ਦੁੱਖ ਵਾਲੀਆਂ ਫਿਰ ਬੰਦਾ ਦੁਖੀ ਨਹੀਂ ਹੋਏਗਾ ਪਰੇਸ਼ਾਨੀ ਹੋਏਗਾ ਸਾਹਿਬ ਨੇ ਕਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਪਰਮੇਸ਼ਰ ਦੇ ਨਾਲ ਜੁੜਿਆ ਰਹੋ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੁੱਖ ਦੇ ਕਾਰਨ ਵੀ ਦੱਸੇ ਨੇ ਜਦੋਂ ਬੰਦਾ ਰੱਬ ਨੂੰ ਭੁੱਲੇਗਾ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਕ ਦੁੱਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤਾਏ ਜਦੋਂ ਬੰਦਾ ਮਾੜਾ ਕਰਮ ਕਰੇਗਾ ਦੁਖੀ ਹੋਏਗਾ ਜਦੋਂ ਕਿਸੇ ਨਿਯਮ ਨੂੰ ਤੋੜੇਗਾ ਭਾਵੇਂ ਉਹ ਸੰਸਾਰ ਦਾ ਨਿਯਮ ਹੈ ਕਾਨੂੰਨ ਹੈ ਸਮਾਜ ਦਾ ਹੈ ਧਰਮ ਦਾ ਹੈ ਜਦੋਂ ਕਿਤੇ ਵੀ ਬੰਦਾ ਕਾਨੂੰਨ ਤੋੜਦਾ ਮਾਨ ਮਰਿਆਦਾ ਭੰਗ ਕਰਦਾ ਹੈ ਬੰਦਾ ਦੁਖੀ ਹੋਏਗਾ ਵਿਕਾਰਾਂ ਦੇ ਵਿੱਚ ਫਸੇਗਾ ਆਇਬਾਂ ਦੇ ਵਿੱਚ ਫਸੇਗਾ ਦੁਖੀ ਹੋਏਗਾ ਜੀਵ ਦੇ ਸੁਆਦਾਂ ਵਿੱਚ ਫਸੇਗਾ ਬੰਦਾ ਦੁਖੀ ਹੋਏਗਾ ਇਹ ਦੁੱਖ ਦੇ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗناਏ ਨੇ ਵੀ ਇਹ ਦੁੱਖ ਦੇ ਕਾਰਨ ਨੇ ਇੱਕ ਦੁੱਖ ਦਾ ਕਾਰਨ ਆ ਜਾਂਦਾ ਹੈ ਦੋ ਸ਼ਬਦ ਨੇ ਇੱਕ ਹੈ ਲੋੜ ਇੱਕ ਹੈ ਇੱਛਾ ਇਹਨਾਂ ਦੋਵਾਂ ਦੇ ਵਿੱਚ ਫਰਕ ਹੈ ਲੋੜ ਤੇ ਇੱਛਾ ਦੇ ਵਿੱਚ ਕੀ ਫਰਕ ਹੈ ਲੋੜ ਦਾ ਅਰਥ ਹੈ ਵੀ ਜਿਸ ਚੀਜ਼ ਦੀ ਮੈਨੂੰ ਲੋੜ ਹੈ ਜਿਸ ਤੋਂ ਬਿਨਾ ਮੈਂ ਜੀ ਨਹੀਂ ਸਕਦਾ ਮਨੁੱਖ ਦੀਆਂ ਤਿੰਨ ਬੁਨਿਆਦੀ ਲੋੜਾਂ ਮੰਨੀਆਂ ਗਈਆਂ ਨੇ ਰੋਟੀ ਕੱਪੜਾ ਮਕਾਨ ਇਹਨਾਂ ਤੋਂ ਬਿਨਾ ਬੰਦਾ ਸਰਵਾਈਵ ਨਹੀਂ ਕਰ ਸਕਦਾ ਇਹ ਬੇਸਿਕ ਨੀਡਸ ਨੇ ਇਹ ਮੋਡਲੀਆਂ ਲੋੜਾਂ ਨੇ ਉਸ ਤੋਂ ਬਾਅਦ ਫਿਰ ਪੈਸਾ ਆ ਗਿਆ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਘਰੇ ਮੰੰਜਾ ਵੀ ਹੋਏ ਕਹਿ ਸਕਦੇ ਹਾਂ ਵੀ ਘਰ ਵਿੱਚ ਵਰਤਣ ਵਾਲਾ ਸਮਾਨ ਵੀ ਹੋਏ ਭਾਂਡੇ ਵੀ ਹੋਣ ਇਹ ਸਾਰੀਆਂ ਲੋੜਾਂ ਦੇ ਵਿੱਚ ਆ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਹੈ ਜਿੱਥੇ ਭਗਤ ਧੰਨਾ ਜੀ ਨੇ ਰੱਬ ਤੋਂ ਲੋੜਾਂ ਦੀ ਮੰਗ ਕੀਤੀ ਹੈ ਜਿਹੜੇ ਚੀਜ਼ ਦੀ ਸਾਨੂੰ ਲੋੜ ਹੈ ਆਪਾਂ ਗੁਰੂ ਤੋਂ ਮੰਗੀਏ ਗੁਰੂ ਮਾੜਾ ਨਹੀਂ ਕਹੇਗਾ ਇੱਕ ਸ਼ਬਦ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ हे ਰੱਬ ਜੀ ਮੈਂ ਤੇਰਾ ਮੰਗਤਾ ਹਾਂ ਤੇਰੇ ਤੋਂ ਮੰਗਦਾ ਹਾਂ ਕੀ ਮੰਗਦਾ ਹਾਂ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਰੱਬ ਜੀ ਮੈਂ ਤੇਰੇ ਤੋਂ ਦਾਲ ਮੰਗਦਾ ਬ ਜਿਹੜੀ ਰਸਤ ਹੈ ਡਰਾਈ ਰੇਸ਼ਨ ਉਹ ਮੰਗਦਾ ਹਾਂ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਸ਼ਾਦਨ ਨੀਕਾ ਪਨੀਆਂ ਦਾ ਅਰਥ ਹੈ ਜੁੱਤੀ ਰੱਬ ਜੀ ਪਾਣ ਵਾਸਤੇ ਜੁੱਤੀ ਵੀ ਹੋਏ ਅਨਾਜ ਮੰਗੋ ਸਤ ਸੀਕਾ ਮੈਂ ਤੇਰੇ ਤੋਂ ਅਨਾਜ ਮੰਗਦਾ ਹਾਂ ਗ੍ਰੀਨ ਮੰਗਦਾ ਹਾਂ ਵੀ ਘਰ ਦੇ ਵਿੱਚ ਦਾਲ ਹੋਏ ਕਣਕ ਹੋਏ ਚੋਲ ਹੋਣ ਅਨਾਜ ਮੰਗੋ ਸਤਸੀਕਾ ਫਿਰ ਕਹਿੰਦੇ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਰੱਬ ਜੀ ਫਿਰ ਮੈਂ ਤੇਰੇ ਤੋਂ ਇੱਕ ਮੱਝ ਵੀ ਮੰਗਦਾ ਹਾਂ ਲਵੇਰੀ ਵੀ ਮੰਗਦਾ ਹਾਂ ਭਾਵ ਵੀ ਮੇਰੇ ਘਰ ਦੇ ਵਿੱਚ ਦੁੱਧ ਮੈ ਵਰਤਣਾ ਹੈ ਤੇ ਦੁੱਧ ਦੀ ਵਰਤੋਂ ਦੇ ਵਾਸਤੇ ਮੇਰੇ ਕੋਲ ਪਸ਼ੂ ਹੋਏ ਇੱਕ ਤਾਜਨ ਤੁਰੀ ਚੰਗੇਰੀ ਇੱਕ ਘੋੜੀ ਵੀ ਚਾਹੀਦੀ ਹੈ ਵੀ ਮੈਂ ਕਿਤੇ ਸਫ਼ਰ ਕਰਨਾ ਹੋਵੇ ਅੱਜ ਦੇ ਸਮੇਂ ਵਿੱਚ ਆਪਾਂ ਕਵਾਂਗੇ ਵੀ ਟਰਾਂਸਪੋਰਟ ਦਾ ਸਾਧਨ ਕੋਈ ਵੀ ਹੋ ਸਕਦਾ ਉਹ ਸਾਈਕਲ ਵੀ ਹੋ ਸਕਦੀ ਮੋਟਰਸਾਈਕਲ ਵੀ ਕਾਰ ਵੀ ਹੋ ਸਕਦੀ ਹੇ ਰੱਬ ਦੀ ਇੱਕ ਘੋੜੀ ਵੀ ਚਾਹੀਦੀ ਹੈ ਇੱਕ ਤਾਜਨ ਤੁਰੀ ਚੰਗੇਰੀ ਫਿਰ ਕਹਿੰਦੇ ਘਰ ਕੀ ਗੀਹਨ ਚੰਗੀ ਇੱਕ ਜੀਵਨ ਸਾਥੀ ਵੀ ਚਾਹੀਦਾ ਹੈ ਲਾਈਫ ਪਾਰਟਨਰ ਵੀ ਚਾਹੀਦਾ ਘਰ ਵਾਲੀ ਵੀ ਚਾਹੀਦੀ ਹੈ ਜਨ ਧੰਨਾ ਲੇਵੈ ਮੰਗੀ ਤੇ ਕਹਿੰਦੇ ਮੈਂ ਧੰਨਾ ਇਹ ਚੀਜ਼ਾਂ ਮੰਗ ਕੇ ਲੈਂਦਾ ਹਾਂ ਇਸ ਸ਼ਬਦ ਵਿੱਚ ਉਹਨਾਂ ਨੇ ਦਰਸਾਇਆ ਵੀ ਇਹ ਬੰਦੇ ਦੀਆਂ ਲੋੜਾਂ ਨੇ ਤੇ ਲੋੜਾਂ ਤੋਂ ਬਿਨਾ ਮਨੁੱਖ ਦਾ ਜੀਣਾ ਬਹੁਤ ਔਖਾ ਹੈ ਇੱਕ ਸ਼ਬਦ ਹੈ ਇੱਛਾ ਲੋੜ ਤੋਂ ਬਿਨਾ ਸਾਡਾ ਸਰ ਨਹੀਂ ਸਕਦਾ ਰੋਟੀ ਤੋਂ ਬਿਨਾ ਨਹੀਂ ਸਰ ਸਕਦਾ ਕੱਪੜੇ ਤੋਂ ਬਿਨਾ ਨਹੀਂ ਸਰ ਸਕਦਾ ਇਹ ਨੇ ਲੋੜਾਂ ਇੱਕ ਹੈ ਇੱਛਾ ਬੰਦਾ ਇੱਛਾ ਰੱਖਦਾ ਹੈ ਵੀ ਮੈਂ ਬਹੁਤ ਅਮੀਰ ਹੋਵਾਂਗਾ ਮੇਰੇ ਕੋਲ ਇੱਕ ਘਰ ਹੈ ਤੇ ਦੋ ਘਰ ਤੇ ਹੋਣੇ ਚਾਹੀਦੇ ਨੇ ਮੇਰੇ ਕੋਲ ਗੱਡੀ ਹੈ ਪਰ ਬਹੁਤ ਵਧੀਆ ਗੱਡੀ ਹੋਵੇ ਇਹਨੂੰ ਕਵਾਂਗੇ ਇੱਛਾ ਜਿਹੜੀ ਮਨੁੱਖ ਦੀ ਇੱਛਾ ਹੈ ਉਹ ਇੱਛਾ ਤੂੰ ਬਿਨਾ ਜੀ ਸਕਦਾ ਹੈ ਇੱਛਾ ਪੂਰੀ ਹੋ ਜੇ ਤਾਂ ਵੀ ਠੀਕ ਨਹੀਂ ਹੋਵੇ ਤਾਂ ਵੀ ਠੀਕ ਪ੍ਰਬੰਧੇ ਨੇ ਕੀ ਕੀਤਾ ਵੀ ਬੰਦੇ ਨੇ ਇੱਛਾਵਾਂ ਨੂੰ ਬਹੁਤ ਵਧਾ ਲਿਆ ਉਹ ਜਦੋਂ ਇੱਛਾ ਪੂਰੀ ਨਹੀਂ ਹੁੰਦੀ ਫਿਰ ਦੁਖੀ ਹੁੰਦਾ ਹੈ ਬੰਦੇ ਨੇ ਇੱਛਾ ਕੀਤੀ ਵੀ ਮੈਂ ਇੱਥੇ ਤੱਕ ਪਹੁੰਚਣਾ ਇੰਨਾ ਪੈਸਾ ਜੋੜਨਾ ਉਹ ਜੇ ਨਹੀਂ ਜੁੜਿਆ ਫਿਰ ਬੰਦਾ ਪਰੇਸ਼ਾਨ ਹੁੰਦਾ ਬੰਦੇ ਨੇ ਇੱਛਾ ਕੀਤੀ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਉਣਾ ਨਹੀਂ ਪਹੁੰਚੇ ਦੁਖੀ ਹੁੰਦਾ ਹੈ ਜਦੋਂ ਮਨੁੱਖ ਇੱਛਾਵਾਂ ਨੂੰ ਜਨਮ ਦੇ ਦਿੰਦਾ ਹੈ ਜਾਂ ਦੂਸਰੇ ਤੂੰ ਇੱਛਾ ਕਰਦਾ ਦੂਸਰੇ ਤੂੰ ਐਕਸਪੈਕਟ ਕਰਦਾ ਹੈ ਤੇ ਉਹ ਚੀਜ਼ ਪੂਰੀ ਨਹੀਂ ਹੁੰਦੀ ਫਿਰ ਦੁੱਖ ਦਾ ਜਨਮ ਹੁੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਆਸਾ ਵਿੱਚ ਅਤ ਦੁੱਖ ਕਹਣਾ ਮਨ ਮੁਖ ਚਿਤ ਲਾਇਆ ਇਛਾਵਾਂ ਦੇ ਵਿੱਚ ਦੁੱਖ ਹੈ ਗੁਰੂ ਨੇ ਇਹ ਨਹੀਂ ਕਿਹਾ ਲੋੜਾਂ ਦੇ ਵਿੱਚ ਦੁੱਖ ਹੈ ਲੋੜ ਨੂੰ ਮਾੜਾ ਨਹੀਂ ਕਿਹਾ ਜਿਸ ਚੀਜ਼ ਦੀ ਸਾਨੂੰ ਰੀਲੀ ਜ਼ਰੂਰਤ ਹੈ ਗੁਰੂ ਕਹਿੰਦਾ ਮੰਗ ਲੈ ਭਗਤ ਧੰਨੇ ਨੇ ਵੀ ਮੰਗੀ ਜੁੱਤੀ ਵੀ ਮੰਗੀ ਕਹਿਣ ਲੱਗੇ ਵਧੀਆ ਜੁੱਤੀ ਹੋਏ ਸੋਹਣੀ ਜੁੱਤੀ ਹੋਏ ਮਾੜੀ ਨਹੀਂ ਮੰਗੀ ਲੋੜ ਹੈ ਮੰਗਦੇ ਹਾਂ ਤੇ ਗੁਰੂ ਉਹਨੂੰ ਪ੍ਰਵਾਨ ਕਰੇਗਾ ਪਰ ਜਿਹੜੀ ਇੱਛਾ ਹੈ ਇੱਛਾ ਜਿਹੜੀ ਹੈ ਫਿਰ ਉਹ ਕਈ ਦਫਾ ਸਾਡੇ ਸਾਡੀ ਪਹੁੰਚ ਤੋਂ ਬਾਹਰ ਹੁੰਦੀ ਐਸੀਂ ਉਹਦੇ ਕਾਬਿਲ ਨਹੀਂ ਹੁੰਦੇ ਉਹਨੂੰ ਡਿਜ਼ਰਵ ਨਹੀਂ ਕਰਦੇ ਪਰ ਗੁਰੂ ਤੋਂ ਮੰਗ ਲੈਨੇ ਆ ਕਿਸੇ ਵਿਦਵਾਨ ਦਾ ਕਥਨ ਹੈ ਉਹ ਕਹਿੰਦਾ ਵੀ ਲੋੜਾਂ ਤੇ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਨੇ ਪਰ ਜਿਹੜੀਆਂ ਇਸ਼ਾਵਾਂ ਨੇ ਉਹ ਰਾਜੇ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਨੇ ਲੋੜ ਤੇ ਆਮ ਬੰਦੇ ਦੀ ਵੀ ਪੂਰੀ ਹੋ ਜਾਂਦੀ ਹੈ ਪਰ ਇੱਛਾ ਤੇ ਇੱਕ ਪ੍ਰਧਾਨ ਮੰਤਰੀ ਦੀ ਵੀ ਅਧੂਰੀ ਰਹਿ ਜਾਂਦੀ। ਸਿਕੰਦਰ ਦੀ ਇੱਛਾ ਸੀ ਦੁਨੀਆਂ ਨੂੰ ਜਿੱਤਣਾ। ਕਾਫੀ ਹੱਦ ਤੱਕ ਉਹਨੇ ਦੁਨੀਆਂ ਨੂੰ ਜਿੱਤ ਲਿਆ ਸੀ ਪਰ ਹਿੰਦੂਸਤਾਨ ਆਇਆ ਜਦੋਂ ਵਾਪਸ ਜਾ ਰਿਹਾ ਰਾਹ ਵਿੱਚ ਮੌਤ ਹੋ ਜਾਂਦੀ ਹੈ। ਉਹ ਵੀ ਰਹਿ ਗਿਆ। ਇੱਛਾਵਾਂ ਜਿਹੜੀਆਂ ਨੇ ਜਦੋਂ ਇਤਿਹਾਸ ਪੜਾਂਗੇ ਇੱਕ ਗੱਲ ਉਗੜ ਕੇ ਆਏਗੀ ਵੀ ਦੁਨੀਆਂ ਦੇ ਤਾਕਤਵਰ ਲੋਕ ਭਾਵੇਂ ਉਹ ਧਾਰਮਿਕ ਤੌਰ ਤੇ ਖਿਮਾ ਕਰਨਾ ਭਾਵੇਂ ਉਹ ਰਾਜਨੀਤਿਕ ਤੌਰ ਤੇ ਤਾਕਤਵਰ ਸਨ ਭਾਵੇਂ ਸਮਾਜਿਕ ਤੌਰ ਤੇ ਤਾਕਤਵਰ ਸਨ ਉਹਨਾਂ ਦੀਆਂ ਇਛਾਵਾਂ ਅਧੂਰੀਆਂ ਰਹਿ ਗਈਆਂ ਸਾਰੀਆਂ ਪੂਰੀਆਂ ਨਹੀਂ ਹੋਈਆਂ ਤੇ ਸਾਰੀਆਂ ਕਿਸੇ ਦੀਆਂ ਪੂਰੀਆਂ ਵੀ ਨਹੀਂ ਹੁੰਦੀਆਂ ਅਸੀਂ ਆਪਣੇ ਵੱਲ ਝਾਤੀ ਮਾਰ ਕੇ ਵੇਖੀਏ ਸਾਡੀਆਂ ਵੀ ਕੁਝ ਇਛਾਵਾਂ ਹੋਣਗੀਆਂ ਜਵਾਨੀ ਦੇ ਵਿੱਚ ਆਪਾਂ ਨੇ ਸੋਚਿਆ ਸੀ ਵੀ ਇਹਨਾਂ ਚੀਜ਼ਾਂ ਨੂੰ ਪੂਰੀਆਂ ਕਰਾਂਗੇ ਉਹ ਬਹੁਤੀਆਂ ਉਦਹੂਰੀਆਂ ਹੋ ਸਕਦੀਆਂ ਨੇ ਅਜੇ ਤੱਕ ਕਹਿ ਸਕਦੇ ਹਾਂ ਵੀ ਉਹ ਫੁੱਲ ਫਿੱਲ ਨਹੀਂ ਹੋਈਆਂ ਇਛਾਵਾਂ ਸਾਰੀਆਂ ਮਨੁੱਖ ਦੀਆਂ ਪੂਰੀਆਂ ਨਹੀਂ ਹੁੰਦੀਆਂ ਸੋ ਜਦੋਂ ਇੱਛਾ ਪੂਰੀ ਨਹੀਂ ਹੁੰਦੀ ਫਿਰ ਕੀ ਹੁੰਦਾ ਵੀ ਬੰਦਾ ਬੰਦੇ ਦੇ ਅੰਦਰ ਦੁੱਖ ਦਾ ਜਨਮ ਹੁੰਦਾ ਹੈ ਸਹਿਬ ਕਹਿੰਦੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਹਿਬ ਕਹਿੰਦੇ ਜਦੋਂ ਰਹੇਗਾ ਪਰਮੇਸ਼ਰ ਦੇ ਨਾਲ ਉਦੋਂ ਤੂੰ ਪਰਮੇਸ਼ਰ ਤੋਂ ਤਨ ਵਾਸਤੇ ਨਹੀਂ ਮੰਗੇਗਾ ਮਨ ਵਾਸਤੇ ਮੰਗੇਗਾ ਹੁਣ ਇੱਕ ਗੱਲ ਦੇਖੋ ਬਾਣੀ ਜਦੋਂ ਪੜਾਂਗੇ ਸਹਿਬ ਨੇ ਵਾਰ-ਵਾਰ ਨਾਮ ਦੀ ਮੰਗ ਕੀਤੀ ਹੈ ਨਾਨਕ ਨਾਮ ਮਿਲੈ ਤਾਂ ਜੀਵਾਂ ਤਨਮਨ ਥੀਵੇ ਹਰਿਆ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੁ ਵਾਰ-ਵਾਰ ਨਾਮ ਦੀ ਗੱਲ ਕੀਤੀ ਹੈ ਨਾਮ ਮੰਗਿਆ ਹੈ ਜਦੋਂ ਬੰਦਾ ਸਪਿਰਚੁਅਲਿਟੀ ਦੇ ਨਾਲ ਜੁੜਦਾ ਹੈ ਉਹ ਆਪਣੇ ਮਨ ਵਾਸਤੇ ਜ਼ਿਆਦਾ ਮੰਗਦਾ ਹੈ ਤਨ ਵਾਸਤੇ ਘੱਟ ਮੰਗਦਾ ਹੈ ਐਸੀ ਜਦੋਂ ਆਨੇ ਆਸੀਂ ਆਪਣੇ ਤਨ ਵਾਸਤੇ ਮੰਗਦੇ ਹਾਂ ਤਨ ਵਾਸਤੇ ਤੰਦਰੁਸਤੀ ਵੀ ਮੰਗਦੇ ਹਾਂ ਸੁਖ ਸ਼ਾਂਤੀ ਵੀ ਮੰਗਦੇ ਹਾਂ ਕਾਰੋਬਾਰ ਦਾ ਵਾਧਾ ਵੀ ਮੰਗਦੇ ਹਾਂ ਐਸੀ ਤਨ ਦੀ ਮੰਗ ਜ਼ਿਆਦਾ ਕਰਦੇ ਪਏ ਹਾਂ ਗੁਰੂ ਤੋਂ ਮੰਗ ਰਿਆਂ ਤਨ ਵਾਸਤੇ ਬਹੁਤਾ ਹਾਂ ਇਹ ਵੀ ਕਹਿ ਦਿੰਨੇ ਆਂ ਵੀ ਨਾਮ ਬਾਣੀ ਦੀ ਦਾਤ ਵੀ ਸਤਿਗੁਰ ਬਖਸ਼ੀ ਮਨ ਵਾਸਤੇ ਘੱਟ ਮੰਗਦੇ ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਸਹਿਬ ਨੇ ਵਾਰ-ਵਾਰ ਨਾਮ ਦੀ ਗੱਲ ਕੀਤੀ ਹੈ ਵੀ ਮਨ ਗੁਣ ਗਾਵੇ اے ਰੱਬ ਜੀ ਮੇਰਾ ਮਨ ਜੁੜਿਆ ਰਹੇ ਕਾਰਨ ਕੀ ਵੀ ਜਦੋਂ ਬੰਦੇ ਦਾ ਮਨ ਜੁੜ ਜਾਂਦਾ ਹੈ ਬੰਦਾ ਜੁੜ ਜਾਂਦਾ ਹੈ ਉਹ ਤਨ ਵਾਸਤੇ ਉਹਨਾਂ ਨੂੰ ਮੰਗਦਾ ਜਿੰਨੀ ਕੁ ਲੋੜ ਹੈ ਜ਼ਿਆਦਾ ਉੰਦੀ ਮੰਗ ਹੋ ਜਾਂਦੀ ਹੈ ਆਪਣੇ ਮਨ ਵਾਸਤੇ ਮਨ ਚੜਦੀ ਕਲਾ ਦੇ ਵਿੱਚ ਰਹੇ ਮਨ ਟਿਕਿਆ ਰਹੇ ਮਨ ਅਡੋਲ ਰਹੇ ਉੰਦੀ ਜਿਹੜੀ ਜ਼ਿਆਦਾ ਮੰਗ ਮਨ ਵਾਸਤੇ ਹੋ ਜਾਂਦੀ ਅਜੇ ਅਜੇ ਤੱਕ ਅਸੀਂ ਪੂਰੇ ਜੁੜੇ ਨਹੀਂ ਹੈਗੇ ਪ੍ਰੋਪਰ ਜੁੜੇ ਨਹੀਂ ਇਸ ਕਰਕੇ ਤਨ ਦੀਆਂ ਮੰਗਾਂ ਗੁਰੂ ਦੇ ਕੋਲੋਂ ਜ਼ਿਆਦਾ ਮੰਗਦੇ ਹਾਂ ਸਾਹਿਬ ਨੇ ਕਿਹਾ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਵੀ ਰੱਬ ਤੇਰੇ ਦੁੱਖਾਂ ਨੂੰ ਦੂਰ ਕਰ ਦੇਗਾ ਜਦੋਂ ਬੰਦੇ ਦਾ ਮਨ ਜੁੜ ਜਾਂਦਾ ਹੈ ਉਦੋਂ ਵਰਤਮਾਨ ਵਿੱਚ ਟਿਕ ਜਾਂਦਾ ਅਸੀਂ ਜਾਂ ਅੱਗੇ ਦਾ ਸੋਚਦੇ ਹਾਂ ਜਾਂ ਪਿੱਛੇ ਦਾ ਸੋਚਦੇ ਹਾਂ ਜਾਂ ਤੇ ਪਿਛਲੀਆਂ ਯਾਦਾਂ ਨੇ ਸਾਡੇ ਮਨ ਵਿੱਚ ਜਦੋਂ ਗੱਲਾਂ ਕਰਦੀਆਂ ਪ੍ਰਾਣੀਆਂ ਯਾਦਾਂ ਉਹ ਪ੍ਰਾਣੀਆਂ ਤੋਂ ਭਾਵ ਕੱਲ ਦੀ ਵੀ ਹੋ ਸਕਦੀ ਹੈ ਪਰਸੋਂ ਦੀ ਵੀ ਹੋ ਸਕਦੀ ਹੈ ਜਾਂ ਫਿਊਚਰ ਦੀਆਂ ਹੋਣਗੀਆਂ ਮਹਾਤਮਾ ਬੁੱਧ ਨੂੰ ਕਿਸੇ ਨੇ ਸਵਾਲ ਕੀਤਾ ਵੀ ਵਰਤਮਾਨ ਦੇ ਵਿੱਚ ਜਿਉਣਾ ਕੀ ਹੈ ਤੁਸੀਂ ਕਹਿੰਦੇ ਵੀ ਬੰਦਾ ਵਰਤਮਾਨ ਦੇ ਵਿੱਚ ਜੀਵੇ ਪ੍ਰੈਸੈਂਟ ਟਾਈਮ ਦੇ ਵਿੱਚ ਰਹੇ ਉਹ ਕਿਦਾਂ ਰਹਿ ਸਕਦਾ ਹੈ ਉਸ ਵਕਤ ਮਹਾਤਮਾ ਬੁੱਧ ਪ੍ਰਸ਼ਾਦਾ ਛਕਦਾ ਪਿਆ ਸੀ ਉਹ ਕਹਿਣ ਲੱਗੇ ਹੁਣ ਮੈਂ ਜਦੋਂ ਪ੍ਰਸ਼ਾਦਾ ਛਕਦਾ ਪਿਆ ਹਾਂ ਮੈਂ ਸਿਰਫ ਪ੍ਰਸ਼ਾਦਾ ਛਕਦਾ ਪਿਆ ਹਾਂ ਮੇਰੇ ਮਨ ਵਿੱਚ ਹੋਰ ਕੋਈ ਫੁਰਨਾ ਨਹੀਂ ਹੈਗਾ ਮੇਰੇ ਮਨ ਵਿੱਚ ਹੋਰ ਕੋਈ ਵਿਚਾਰ ਨਹੀਂ ਹੈਗਾ ਮੈਂ ਪ੍ਰਸ਼ਾਦਾ ਛਕਦਾ ਪਿਆ ਹਾਂ ਤੇ ਸਿਰਫ ਪ੍ਰਸ਼ਾਦਾ ਛਕਦਾ ਪਿਆ ਇਹਦਾ ਅਰਥ ਇਹ ਵੀ ਮੈਂ ਵਰਤਮਾਨ ਦੇ ਵਿੱਚ ਹਾਂ ਭਾਵੇਂ ਜਦੋਂ ਬੰਦਾ ਕੋਈ ਕੰਮ ਕਰ ਰਿਹਾ ਉਹਦੇ ਵਿੱਚ ਪੂਰਾ ਮਗਨ ਹੈ ਉਹਦੇ ਵਿੱਚ ਪੂਰਾ ਲੀਨ ਹੈ ਇਹਨੂੰ ਕਹਿੰਦੇ ਵਰਤਮਾਨ ਦੇ ਵਿੱਚ ਜਿਉਣਾ ਪਰ ਜਦ ਅਸੀਂ ਆਪਣੇ ਵੱਲ ਵੇਖਦੇ ਹਾਂ ਜਦੋਂ ਅਸਾਂ ਕੋਈ ਕੰਮ ਕਰਦੇ ਹਾਂ ਜਾਂ ਤੇ ਅਸੀਂ ਅੱਗੇ ਹੋਵਾਂਗੇ ਅੱਗੇ ਤੋਂ ਭਾਵ ਜਿਸ ਤਰ੍ਹਾਂ ਹੁਣ 8 ਵਜੇ ਕੁਝ ਮਿੰਟ ਹੋਏ ਨੇ ਜਾਂ ਤੇ ਅਸੀਂ ਵੇਖਾਂਗੇ ਵੀ 9 ਵਜੇ ਤੋਂ ਬਾਅਦ ਕੀ ਕਰਨਾ ਜਾਂ ਫਿਊਚਰ ਵਿੱਚਾਂ ਜਾਂ ਪਾਸਟ ਵਿੱਚ ਹੋਵਾਂਗੇ ਕੱਲ ਪਰਸੋਂ ਚੌਥ ਸੋ ਵਰਤਮਾਨ ਦੇ ਵਿੱਚ ਜਿਉਂਦਾ ਰਥੇ ਵੀ ਇੱਕ ਕੰਮ ਜਦੋਂ ਕੀਤਾ ਜਾ ਰਿਹਾ ਉਹਨੂੰ ਬੜੇ ਧਿਆਨ ਦੇ ਨਾਲ ਕੀਤਾ ਜਾ ਰਿਹਾ ਹੈ ਵੀ ਜਿਹੜਾ ਵੀ ਕੰਮ ਕਰਨਾ ਪ੍ਰੋਪਰ ਤਰੀਕੇ ਨਾਲ ਜੇ ਬੈਠੇ ਹਾਂ ਮਨ ਇੱਥੇ ਹੀ ਹੈ ਜੇ ਰੋਟੀ ਖਾ ਰਹੇ ਹਾਂ ਤੇ ਰੋਟੀ ਦੇ ਵਿੱਚ ਮਨ ਹੈ ਪਰ ਮੇਰੇ ਵਰਗਾ ਕੀ ਕਰਦਾ ਫੋਨ ਵੀ ਦੇਖ ਲੈਂਦਾ ਨਾਲ ਰੋਟੀ ਖਾਂਦਿਆਂ ਗੱਲਾਂ ਵੀ ਕਰ ਲੈਂਦਾ ਹੈ ਉਹ ਫਿਰ ਕੀ ਹੈ ਵੀ ਅਸੀਂ ਵਰਤਮਾਨ ਦੇ ਵਿੱਚ ਘਟ ਜਿਉਂਦੇ ਪਏ ਹਾਂ ਜਦੋਂ ਮਨ ਜੁੜ ਗਿਆ ਮਨ ਟਿਕ ਜਾਂਦਾ ਹੈ ਅਗੇ ਸਹਿਬ ਨੇ ਬਚਨ ਕੀਤਾ ਕਹਿਣ ਲੱਗੇ ਅੰਗੀਕਾਰ ਉਹ ਕਰੇ ਤੇਰਾ ਅੰਗੀਕਾਰ ਦਾ ਅਰਥ ਏ ਪਖਪੂਰਨਾ ਫੇਵਰ ਕਰਨੀ ਕਾਰਜ ਸਭ ਸਵਾਰਨ ਵਾਹਿਗੁਰੂ ਤੇਰੇ ਕਾਰਜ ਸਵਾਰੇਗਾ ਤੈਨੂੰ ਸਵਕਾਰ ਕਰੇਗਾ ਤੈਨੂੰ ਐਕਸੈਪਟ ਕਰੇਗਾ ਪਰਮੇਸ਼ਰ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀ ਵਾਹਿਗੁਰੂ ਸਾਰੀਆਂ ਗੱਲਾਂ ਦੇ ਵਿੱਚ ਸਮਰੱਥ ਹੈ ਸਾਰੇ ਕੰਮਾਂ ਨੂੰ ਕਰਨ ਵਿੱਚ ਸਮਰੱਥ ਹੈ ਸੋ ਕਿਉ ਮੰਨੋ ਵਿਸਾਰੇ ਇਹ ਮਨਾਉ ਉਹਨੂੰ ਕਿਉ ਭੁਲਾਉਣਾ ਹੈ ਮਨੁੱਖ ਨੇ ਦੁਨਿਆਵੀ ਸਹਾਰੇ ਬਣਾਏ ਨੇ ਸਾਡੇ ਸਹਾਰੇ ਬਹੁਤ ਨੇ ਪਰਿਵਾਰ ਵੀ ਸਹਾਰਾ ਘਰ ਵੀ ਸਹਾਰਾ ਰਿਸ਼ਤੇਦਾਰ ਮਿੱਤਰ ਸੱਜਣ ਪੈਸਾ ਸੁਸਾਇਟੀ ਸਮਾਜ ਲੋਕ ਇਹ ਸਾਰੇ ਸਾਡੇ ਬਾਹਰ ਵਾਲੇ ਸਹਾਰੇ ਨੇ ਪ੍ਰੈਸੀ ਨਹੀਂ ਕਹਿ ਸਕਦੇ ਵੀ ਇਹ ਜਿਹੜੇ ਸਹਾਰੇ ਨੇ ਉਹ ਸਾਡੀ ਮਦਦ ਕਰਨ ਹਰੇਕ ਟਾਈਮ ਸਾਡੇ ਰਿਸ਼ਤੇਦਾਰ ਨੇ ਦੋਸਤ ਮਿੱਤਰ ਨੇ ਹਰੇਕ ਟਾਈਮ ਸਾਡੀ ਫੇਵਰ ਕਰਨ ਹਰੇਕ ਟਾਈਮ ਸਾਡੀ ਸਹਾਇਤਾ ਕਰਨ ਹੋ ਨਹੀਂ ਸਕਦਾ ਕਈ ਸਮਾਂ ਕਈ ਵਲ ਕਈ ਵੇਲਾ ਇਦਾਂ ਦਾ ਆ ਜਾਂਦਾ ਵੀ ਉਹ ਸਾਡੇ ਤੋਂ ਫਿਜ਼ੀਕਲ ਤੌਰ ਤੇ ਦੂਰ ਨੇ ਤੇ ਕਈ ਵਾਰੀ ਸਮਾਂ ਇਦਾਂ ਦਾ ਆ ਜਾਂਦਾ ਸਾਡੀ ਉਹਨਾਂ ਨਾਲ ਅਨਬੰਨ ਹੋ ਜਾਂਦੀ ਹੈ ਬਣਦੀ ਨਹੀਂ ਤੇ ਕੀ ਹੁੰਦਾ ਹੈ ਉਦੋਂ ਉਹ ਸਾਡੀ ਸਪੋਰਟ ਨਹੀਂ ਕਰਦੇ ਸਾਡੀ ਮਦਦ ਨਹੀਂ ਕਰਦੇ ਗੁਰੂ ਨੇ ਕਿਹਾ ਅੰਗੀਕਾਰ ਉਹ ਕਰੇ ਤੇਰਾ ਵਾਹਿਗੁਰੂ ਹਰੇਕ ਸਮੇਂ ਤੇਰਾ ਪੱਖ ਪੂਰੇਗਾ ਹਰੇਕ ਸਮੇਂ ਤੇਰਾ ਪਖ ਪੂਰੇਗਾ ਸਬਨਾਗ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਹਰੇ ਕੰਮ ਨੂੰ ਸਵਾਰੇਗਾ ਸਬਨਾਗ ਲਾ ਸਮਰੱਤ ਸੁਆਮੀ ਸੋ ਕਿਉ ਮਨੋ ਵਿਸਾਰੇ ਆਪਾਂ ਵੇਖਦੇ ਹਾਂ ਇੱਕ ਪੇਂਟਰ ਹੈ ਉਹਦੇ ਕੋਲ ਇੱਕ ਕਲਾ ਹੈ ਪੇਂਟਿੰਗ ਕਰਨ ਦੀ ਜੇ ਉਹਨੂੰ ਕਹੀਏ ਵੀ ਤੂੰ ਗਾ ਕੇ ਦਿਖਾ ਜਿਸ ਤਰ੍ਹਾਂ ਸਿੰਗਰ ਗਾਉਂਦੇ ਨੇ ਗਾ ਤਾਂ ਲੇਗਾ ਬੀ ਸੁਰਾ ਗਾਏਗਾ ਇੱਕ ਸਿੰਗਰ ਹੈ ਤੇ ਉਹਨੂੰ ਕਹੀਏ ਵੀ ਤੂੰ ਪੇਂਟਰ ਵਾਲਾ ਕੰਮ ਕਰ ਉਹ ਕਰ ਤੇ ਲੇਗਾ ਪਰ ਉਹਦੇ ਵਿੱਚ ਖੂਬ ਸੂਰਤ ਨਹੀਂ ਹੋਏਗੀ ਜੇ ਪੇਂਟਰ ਹੈ ਉਹਦੇ ਕੋਲ ਇੱਕ ਕਲਾ ਹੈ ਸਿੰਗਰ ਹੈ ਇੱਕ ਕਲਾ ਹੈ ਕੋਈ ਨਕਸ਼ਾ ਨਵੀਸ ਹੈ ਜੋ ਨਕਸ਼ੇ ਤਿਆਰ ਕਰਦਾ ਇੱਕ ਕਲਾ ਹੈ ਦੁਨੀਆਵੀ ਤੌਰ ਦੇ ਉੱਤੇ ਬੰਦਿਆਂ ਕੋਲ ਇੱਕ ਕਲਾ ਹੁੰਦੀ ਕਈਆਂ ਕੋਲ ਦੋ ਵੀ ਤਿੰਨ ਵੀ ਚਾਰ ਵੀ ਕਹਿ ਸਕਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬ ਨੂੰ ਸਰਬ ਕਲਾ ਲਿਖਿਆ ਹੈ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਨ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਨੇ ਤੂੰ ਸਰਬ ਕਲਾ ਕਾ ਗਿਆਤਾ ਸੁਖਮਨੀ ਸਾਹਿਬ ਚ ਪੜਦੇ ਹਾਂ ਸਰਬ ਕਲਾ ਭਰਪੂਰ ਪ੍ਰਭ ਵਿਰਥਾ ਜਾਣਨ ਹਰ ਦੁਨੀਆਵੀ ਤੌਰ ਤੇ ਸਾਡੇ ਕੋਲ ਕੁਝ ਕੁਝ ਗਿਣਤੀ ਦੀਆਂ ਕਲਾਵਾਂ ਹੋ ਸਕਦੀਆਂ ਨੇ 1 2 4 5 6 10 ਤੱਕ ਕਹਿ ਦਈਏ ਪਰ ਰੱਬ ਨੂੰ ਕਿਹਾ ਸਰਬ ਕਲਾ ਰੱਬ ਦੇ ਵਿੱਚ ਹਰ ਇੱਕ ਕਲਾ ਹੈ ਰੱਬ ਦੇ ਵਿੱਚ ਹਰ ਇੱਕ ਗੁਣ ਹੈ ਤੇ ਮਹਾਰਾਜ ਕਹਿੰਦੇ ਨੇ ਉਹਨੂੰ ਕਿਉਂ ਭੁਲਾਉਣਾ ਹੈ ਸੋ ਕਿਉਂ ਮਨੋ ਵਿਸਾਰੀ ਉਹਨੂੰ ਕਿਉਂ ਭੁਲਾਉਣਾ ਹੈ ਬੰਦੇ ਨੇ ਧਰਮ ਦੇ ਨਾਲ ਜੁੜਨ ਦੀ ਜਿਹੜੀ ਉਮਰ ਰੱਖੀ ਹੈ ਉਹ ਰੱਖੀ ਹੈ ਬਜ਼ੁਰਗੀ ਬੰਦਾ ਕਹਿੰਦਾ ਜਦੋਂ ਮੈਂ ਬਜ਼ੁਰਗ ਹੋ ਗਿਆ 60 ਦੇ ਗੇੜੇ 'ਚ ਆ ਗਿਆ ਫਿਰ ਮੈਂ ਜੁੜਾਂਗਾ ਦੁਨਿਆਵੀ ਤੋਰ ਦੇ ਉੱਤੇ ਹਰੇਕ ਕੰਮ ਨੂੰ ਕਰਨ ਦੀ ਉਮਰ ਹੈ ਕਿਤੇ ਜੋਬ ਦੇ ਵਿੱਚ ਭਰਤੀ ਹੋਣਾ ਫੌਜ ਵਿੱਚ ਭਰਤੀ ਹੋਣਾ ਉਮਰ ਦੱਸੀ ਜਾਂਦੀ ਹੈ ਵੀ ਇੰਨੀ ਉਮਰ ਦਾ ਚਾਹੀਦਾ ਹੈ ਜੇ ਇਸ ਤੋਂ ਉਮਰ ਘਾਟੇ ਤਾਂ ਵੀ ਐਕਸੈਪਟ ਨਹੀਂ ਹੋਏਗਾ ਇਸ ਤੋਂ ਉਮਰ ਜ਼ਿਆਦਾ ਹੈ ਤਾਂ ਵੀ ਐਕਸੈਪਟ ਨਹੀਂ ਹੋਏਗਾ ਦੁਨਿਆਵੀ ਕੰਮਾਂ ਦੇ ਵਿੱਚ ਨੌਕਰੀਆਂ ਦੇ ਵਿੱਚ ਉਮਰ ਹੈ ਪਰ ਧਰਮ ਦੇ ਵਿੱਚ ਕੋਈ ਉਮਰ ਨਹੀਂ ਇੱਥੇ ਵੇਖਦੇ ਹਾਂ ਵੀ 5 ਸਾਲ ਤੇ ਕੁਝ ਮਹੀਨੇ ਦੀ ਉਮਰ ਹੈ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਦੀ ਉਹ ਗੱਦੀ ਤੇ ਬਹਿ ਗਏ ਨੇ 5 ਸਾਲ 8 ਮਹੀਨੇ ਦੀ ਉਮਰ ਵਿੱਚ ਉਹ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਇੱਕ ਪਾਸੇ ਬਾਬਾ ਮਰਦਾਸ 74 ਸਾਲ ਦੀ ਉਮਰ ਹੈ ਤੇ ਜਦੋਂ ਉਹ ਸਿੱਖ ਬਣੇ ਸਨ ਉਦੋਂ 62 ਸਾਲ ਦੀ ਉਮਰ ਸੀ 60 ਸਾਲ 65 ਸਾਲ ਦੀ ਉਮਰ ਵਿੱਚ ਬੰਦਾ ਰਟਾਇਰ ਹੋ ਜਾਂਦਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ 62 ਸਾਲ ਦੀ ਉਮਰ ਵਿੱਚ ਸਿੱਖ ਬਣਦੇ ਪਏ ਨੇ ਦੋ ਉਦਾਹਰਨਾਂ ਨੇ ਇਥੋਂ ਸਿੱਧ ਹੁੰਦਾ ਵੀ ਸਿੱਖ ਬਣਨ ਦੀ ਉਮਰ ਨਹੀਂ ਹੈ ਸਹਬਜਾਦੇ ਵੇਖਦੇ ਹਾਂ 7 ਤੇ 9 ਸਾਲ ਦੀ ਉਮਰ ਸੀ ਉਹਨਾਂ ਦੀ ਛੋਟੀ ਉਮਰ ਸੀ ਸ਼ਹੀਦੀ ਪਾ ਗਏ ਧਰਮ ਦੇ ਨਾਲ ਜੁੜਨ ਦੀ ਕੋਈ ਉਮਰ ਨਹੀਂ ਧਰਮ ਦੇ ਨਾਲ ਗੁਰੂ ਨੇ ਨਹੀਂ ਆਖਿਆ ਵੀ ਇੰਨੀ ਉਮਰ ਹੈ ਕਿਤੇ ਵੀ ਬਾਣੀ ਦੇ ਪੰਨੇ ਉੱਤੇ ਨਹੀਂ ਲਿਖਿਆ ਵੀ ਇੰਨੀ ਉਮਰ ਹੈ ਧਰਮ ਦੇ ਨਾਲ ਫਿਰ ਬੰਦਾ ਜੁੜ ਸਕਦਾ ਕਈ ਥਾਵਾਂ ਦੇ ਉੱਤੇ ਆਪਾਂ ਵੇਖਦੇ ਹਾਂ ਵੀ ਬੱਚਿਆਂ ਦੀ ਨੋ ਐਂਟਰੀ ਹੁੰਦੀ ਹੈ ਵੀ ਬੱਚੇ ਨਹੀਂ ਜਾ ਸਕਦੇ ਕੁਝ সুইমিং ਪੂਲ ਹੋਣਗੇ ਜਾਂ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਲਿਖਿਆ ਹੁੰਦਾ ਵੀ ਬੱਚੇ ਨਹੀਂ ਜਾ ਸਕਦੇ ਤੇ ਕਈ ਥਾਵਾਂ ਤੇ ਉੱਤੇ ਲਿਖਿਆ ਹੁੰਦਾ ਵੀ 60 ਸਾਲ ਤੋਂ ਉੱਤੇ ਨਹੀਂ ਜਾ ਸਕਦੇ ਐਂਟਰੀ ਨਹੀਂ ਹੈਗੀ ਪਰ ਇਹ ਧਾਰਮਿਕ ਸਥਾਨ ਗੁਰੂ ਦਾ ਦਰ ਹੈ ਇੱਥੇ ਨਹੀਂ ਲਿਖਿਆ ਵੀ ਬੱਚਾ ਨਹੀਂ ਆ ਸਕਦਾ ਇੱਥੇ ਨਹੀਂ ਲਿਖਿਆ ਵੀ ਬਹੁਤਾ ਬਜ਼ੁਰਗ ਨਹੀਂ ਆ ਸਕਦਾ ਗੁਰੂ ਨੇ ਉਮਰ ਨਹੀਂ ਰੱਖੀ ਵੀ ਇੰਨੀ ਉਮਰ ਵਿੱਚ ਤੂੰ ਜੁੜ ਸਕਦਾ ਹੈ ਇੰਨੀ ਉਮਰ ਦੇ ਵਿੱਚ ਨਹੀਂ ਜੁੜ ਸਕਦਾ ਸਹਿਬ ਕਹਿੰਦੇ ਜਦੋਂ ਤੈਨੂੰ ਸੋਝੀ ਆ ਗਈ ਤੂੰ ਜੁੜ ਜਾਣਾ ਕਈਆਂ ਨੂੰ ਛੋਟੀ ਉਮਰ ਵਿੱਚ ਸੋਝੀ ਆ ਗਈ ਤੇ ਕਈਆਂ ਨੂੰ ਬਜ਼ੁਰਗ ਅਵਸਥਾ ਵਿੱਚ ਸੋਦੀ ਆਈ ਸੋ ਉਮਰ ਨਹੀਂ ਹੈਗੀ ਆਪਾਂ ਵੇਖਦੇ ਹਾਂ ਵੀ ਦੋ ਸ਼ਬਦ ਨੇ ਇੱਕ ਹੈ ਧਰਮ ਇੱਕ ਹੈ ਤਾਕਤ ਜਿਸ ਬੰਦੇ ਕੋਲ ਤਾਕਤ ਜ਼ਿਆਦਾ ਹੈ ਉਹਨੂੰ ਧਰਮ ਦੀ ਉਨੀਂ ਜ਼ਿਆਦਾ ਲੋਡ ਹੈ ਉਹ ਕਿਦਾਂ ਜਵਾਨੀ ਦੇ ਵਿੱਚ ਤਾਕਤ ਬਹੁਤ ਹੁੰਦੀ એનર્ਜੀ ਬਹੁਤ ਹੁੰਦੀ ਹੈ ਤੇ ਧਰਮ ਦੀ ਉਨੀਂ ਜ਼ਿਆਦਾ ਲੋਡ ਹੈ ਕਿਉਂ ਕਿਉਂਕਿ ਜੇ ਉਹਦੇ ਕੋਲ ਧਰਮ ਹੋਏਗਾ ਉਹ ਗਲਤ ਕੰਮ ਨਹੀਂ ਕਰੇਗਾ ਜੀਵਨ ਦੀ એનર્ਜੀ ਨੂੰ ਸਹੀ ਦਿਸ਼ਾ ਦੇ ਵਿੱਚ ਲਾਏਗਾ ਜੇ ਬੰਦਾ ਪੈਸੇ ਵਾਲਾ ਹੈ ਬੜੀ ਤਾਕਤ ਹੈ ਤੇ ਜੇ ਨਾਲ ਉਹਦੇ ਕੋਲ ਧਰਮ ਹੋਏਗਾ ਉਹ ਪੈਸੇ ਨਾਲ ਲੋਕਾਂ ਦਾ ਭਲਾ ਕਰੇਗਾ ਮਦਦ ਕਰੇਗਾ ਹੈਲਪ ਕਰੇਗਾ ਜੇ ਪੋਲੀਟੀਸ਼ੀਅਨ ਹੈ ਜੇ ਨਾਲ ਉਹਦੇ ਧਰਮ ਵੀ ਹੈ ਉਹਦੇ ਕੋਲ ਧਰਮ ਵੀ ਹੈ ਉਹ ਲੋਕਾਂ ਦਾ ਭਲਾ ਕਰੇਗਾ ਭਾਈ ਗੁਰੂ ਦਾਸ ਜੀ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਇੱਕ ਰਾਜੇ ਦੀ ਰਾਜਾ ਜਨਕ ਨਾਮ ਸੁਣਿਆ ਹੋਵੇਗਾ ਉਹ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ ਰਾਜਾ ਵੀ ਕਹਿ ਦਿੱਤਾ ਭਗਤ ਵੀ ਕਹਿ ਦਿੱਤਾ ਰਾਜਾ ਤਾਂ ਸੀ ਵੀ ਉਹਦੇ ਕੋਲ ਰਾਜ ਭਾਗ ਸੀ ਮਹਿਲ ਸਨ ਪ੍ਰਾਪਰਟੀ ਸੀ ਭਗਤ ਤਾਂ ਕਿਹਾ ਵੀ ਉਹ ਧਰਮੀ ਵੀ ਸੀ ਕਹਿਣ ਲੱਗੇ ਵੀ ਗੁਰਮੁਖ ਮਾਇਆ ਵਿੱਚ ਉਦਾਸੀ ਉਹ ਉਦਾਸ ਸੀ ਬੜੀ ਪਾਵਰ ਸੀ ਔਰ ਉਹਨੇ ਮਿਸਯੂਸ ਨਹੀਂ ਕੀਤਾ ਕਿਉਂਕਿ ਧਰਮ ਨੇ ਉਹਦੀ ਪਾਵਰ ਨੂੰ ਡਾਇਰੈਕਸ਼ਨ ਸਹੀ ਦੇ ਦਿੱਤੇ ਵੀ ਤੇਰੇ ਕੋਲ ਜੇ ਤਾਕਤ ਹੈ ਤੇ ਲੋਕਾਂ ਦਾ ਭਲਾ ਕਰਨ ਵਾਸਤੇ ਵਰਤ ਜਦੋਂ ਸਾਡੇ ਕੋਲ ਕਿਸੇ ਵੀ ਰੂਪ ਦੇ ਵਿੱਚ ਕਿਸੇ ਫਾਰਮ ਦੇ ਵਿੱਚ ਤਾਕਤ ਹੈ ਉਥੇ ਧਰਮ ਦੀ ਜ਼ਿਆਦਾ ਲੋਡ ਹੋਏਗੀ ਧਰਮ ਡਾਇਰੈਕਸ਼ਨ ਦੇਗਾ ਵੀ ਤੂੰ ਆਪਣੀ ਪਾਵਰ ਨੂੰ ਇਸ ਦਿਸ਼ਾ ਦੇ ਬਲ ਵਰਤਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਆਇਆ ਇਤਿਹਾਸ ਕਹਿੰਦਾ ਵੀ ਉਸ ਰਾਜ ਵਿੱਚ ਫਾਂਸੀ ਨਹੀਂ ਲੱਗੀ ਇਤਿਹਾਸ ਕਹਿੰਦਾ ਵੀ ਉਸ ਰਾਜ ਵਿੱਚ ਕੋਈ ਦੁਖੀ ਨਹੀਂ ਸੀ ਕੋਈ ਭੁੱਖਮਰੀ ਨਹੀਂ ਸੀ ਕੋਈ ਭੁੱਖਾ ਨਹੀਂ ਮਰਦਾ ਸੀ ਕਿਤੇ ਨਾ ਕਿਤੇ ਧਰਮ ਹੈ ਸੀ ਉਸ ਰਾਜ ਦੇ ਵਿੱਚ ਤਾਂ ਹੀ ਖਾਲਸਾ ਰਾਜ ਕੀਤਾ ਗਿਆ ਸੋ ਗੁਰੂ ਨੇ ਕਿਹਾ ਵੀ ਜੇ ਤੇਰੇ ਕੋਲ ਤਾਕਤ ਹੈ ਜਵਾਨੀ ਦਾ ਸਮਾਂ ਬਹੁਤ ਸੋਹਣਾ ਹੈ ਬਾਬੇ ਫਰੀਦ ਦਾ ਇੱਕ ਬਚਨ ਹੈ ਉਹਨਾਂ ਨੇ ਜਿਹੜਾ ਬਚਨ ਕੀਤਾ ਉਹਦਾ ਭਾਵ ਹੈ ਉਹ ਕਹਿਣ ਲੱਗੇ ਵੀ ਜਿਨ੍ਹਾਂ ਦੇ ਕੋਲ ਜਵਾਨੀ ਹੋਏ ਤੇ ਜੇ ਕਿਤੇ ਉਹ ਧਰਮ ਦੇ ਨਾਲ ਜੁੜ ਜਾਣ ਤੇ ਇਹ سونے ਤੇ ਸੁਹਾਗੇ ਵਾਲਾ ਕੰਮ ਹੈ ਇਹ ਬਹੁਤ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਣੀ ਦੇ ਕਹਿੰਨ ਲੱਗੇ ਉਮਰ ਹੋਵੇ ਨਾਲ ਸੁਵੰਣੀ ਕੰਚਨ ਵਰਗੀ ਦੇਹੀ ਹੋਵੇ ਕਿਸੇ ਦਾ ਸਰੀਰ ਬੜਾ ਤੰਦਰੁਸਤ ਹੋਏ ਤੇ ਉਹਨੂੰ ਪੰਜਾਬੀ 'ਚ ਕਹਿੰਨੇ ਤੇਰਾ سونے ਵਰਗਾ ਸਰੀਰ ਹੈ ਇਹ ਸ਼ਬਦ ਵਰਤਿਆ ਜਾਂਦਾ سونے ਦਾ ਉਹਦਾ سونے ਦਾ ਸਰੀਰ ਤੋਂ ਭਾਵ ਵੀ ਉਹਨੂੰ ਕੋਈ ਬਿਮਾਰੀ ਨਹੀਂ ਬਹੁਤ ਵਧੀਆ ਸਰੀਰ ਹੈ ਬਹੁਤ ਆਲੇ ਦਰਜੇ ਦਾ ਸਰੀਰ ਹੈ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਣੀ ਦੇ ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ ਉਹ ਕਹਿਣ ਲੱਗੇ ਇਸ ਉਮਰ ਹੈ ਜਵਾਨੀ ਦੀ ਸੋਨੇ ਵਰਗਾ ਸਰੀਰ ਹੈ ਪਰ ਇਸ ਉਮਰ ਵਿੱਚ ਇਸ ਸਰੀਰ ਦੇ ਵਿੱਚ ਕੋਈ ਵਿਰਲਾ ਹੀ ਵਾਹਿਗੁਰੂ ਨਾਲ ਜੁੜਦਾ ਹੈ ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ ਇਸੇ ਕਰਕੇ ਵੇਖਦੇ ਹਾਂ ਵੀ ਨੌਜਵਾਨ ਉਹ ਘਟ ਆਉਂਦੇ ਨੇ ਗਿਣਤੀ ਉਹਨਾਂ ਦੀ ਘੱਟ ਹੈ ਜਵਾਨੀ ਹੈ ਤਾਕਤ ਹੈ ਤੇ ਜਦੋਂ ਜ਼ਿੰਦਗੀ ਦੇ ਤਸਰਬੇ ਮਿਲਦੇ ਨੇ ਠੋਕਰਾ ਮਿਲਦੀਆਂ ਨੇ ਫਿਰ ਕਿਤੇ ਜਾ ਕਰਕੇ ਸੋਚੇ ਆਂਦੀ ਵੀ ਹਾਂ ਗੁਰਦੁਆਰੇ ਵੀ ਜਾਣਾ ਚਾਹੀਦਾ ਹੈ ਹਾਂ ਪਾਠ ਵੀ ਕਰਨਾ ਚਾਹੀਦਾ ਹੈ ਸੋ ਗੁਰੂ ਨੇ ਕਿਹਾ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਹਿਬ ਕਹਿੰਦੇ ਮੈਂ ਤੈਨੂੰ ਆਖਦਾ ਹਾਂ ਪਰਮੇਸ਼ਰ ਦੇ ਨਾਲ ਜੁੜਿਆ ਰਹੋ ਉਹ ਜਿਹੜਾ ਪਰਮੇਸ਼ਰ ਤੇਰਾ ਪੱਖ ਪੂਰੇਗਾ ਤੇਰੇ ਦੁੱਖਾਂ ਨੂੰ ਦੂਰ ਕਰੇਗਾ ਪੌੜੀ ਦਾ ਜੋ ਭਾਵ ਮਨ ਨੂੰ ਪਰਮੇਸ਼ਰ ਨਾਲ ਜੋੜਨਾ ਵਾਹਿਗੁਰੂ ਸਮਰੱਥ ਹੈ ਸਾਡੇ ਕੰਮਾਂ ਨੂੰ ਸਵਾਰਨ ਵਾਲਾ ਹੈ ਸਹਿ ਬਖਸ਼ਿਸ਼ ਕਰਨ ਜਿਨਹੀਂ ਕੋ ਵਿਚਾਰ ਹੋਈ ਮੇਰੇ ਹਿਰਦੇ ਵਿੱਚ ਵਸੇ ਆਪ ਤੁਹਾਡੇ ਸਾਰਿਆਂ ਦੇ ਹਿਰਦੇ 'ਚ ਵਸੇ ਤਾਂ ਜੋ ਸਾਡਾ ਇੱਥੇ ਬੈਠ ਕੇ ਕਹੇ ਆ ਸੁਣਿਆ ਸਫਲ ਹੋ ਸਕੇ ਸੋ ਹੁਣ ਸ੍ਰੀ ਸਹਿਜ ਪਾਠ ਦੇ ਭੋਗ ਪਾਈ ਜਾਣਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ